ਕਰਨੀ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ, ਸਤਿਗੁਰੂ ਮਿਹਨਤ ਕਰ, ਕਿਰਪਾ ਕਰ, ਆਪ ਸਭਾ ਸੰਗਤਾਂ ਦੀ ਦਾਸਦਿਆਂ ਦੀ ਦਰਗਾਹੀ ਹਾਜ਼ਰੀ ਸਤਿਗੁਰੂ ਦਰ ਪ੍ਰਵਾਨ ਕਰਨ। ਸੋ ਸਾਡੇ ਕੋਲ ਬੜਾ ਹੀ ਸਤਿਕਾਰਯੋਗ ਜਥਾ, ਜਿਨ੍ਹਾਂ ਨੂੰ ਆਪਾਂ ਜਾਗੋ ਵਾਲੇ ਕਰਕੇ ਜਾਣਦੇ ਹਾਂ, ਜਾਗੋ ਵਾਲਾ ਜਥਾ, ਬੜੀ ਸਤਿਗੁਰੂ ਦੀ ਕਿਰਪਾ ਹੈ, ਰਹਿਮਤ ਹੈ, ਬੜੇ ਸੁਰੀਲੇ ਸਤਿਗੁਰੂ ਜੀ ਨੇ ਕੰਠ ਬਖਸ਼ਿਸ਼ ਕੀਤੇ ਨੇ। ਬੜਾ ਸੋਹਣਾ ਅੰਦਾਜ਼, ਵਧੀਆ ਅੰਦਾਜ਼ ਦੇ ਵਿੱਚ ਉਹ ਕਵੀਸ਼ਰੀ ਆਪ ਜੀਆਂ ਨੂੰ ਸਰਵਣ ਕਰਾਉਂਦੇ ਹਨ, ਗੁਰ ਧਿਆ ਸਰਵਣ ਕਰਾਉਂਦੇ ਹਨ। ਬੜੇ ਚਿਰ ਬਾਅਦ ਐਸੇ ਜਥੇ ਜੋ ਸਰਵਣ ਕਰਨ ਵਾਸਤੇ ਕਿਤੇ ਸੁਭਾਗ ਬਖਸ਼ਿਸ਼ ਹੁੰਦਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਲਾ ਲਓ, ਪਿਆਰ ਨਾਲ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਹਰ ਇੱਕ ਵਿਸ਼ੀ ਵਾਰਾਂ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਪਿਆਰ ਸਾਹਿਬ ਬਲੋਕ 'ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ ਅਵਗੁਣ ਭਰੇ ਏਕ ਗੁਣ ਨਾਈ, ਅੰਮ੍ਰਿਤ ਛਾਡ ਬਿਖੈ ਬਿਕ ਖਾਈ, ਮਾਇਆ ਮੋਹ ਭਰਮ ਪੈ ਭੁਲੇ, ਸੁਤ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਮਿਲੰਤ ਜਮਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ
ਗੁਰ ਰਾਮਦਾਸ ਰਾਖੂ ਸਰਨਾ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਰ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਪੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰ ਉਪਕਾਰੀ ਵਡ ਜੋਦਾ ਬਹੁ ਪਰ ਉਪਕਾਰੀ ਨਾ ਮੈਲਾ ਨਾ ਧੁੰਦਲਾ ਨਾਨਕ ਲਾਲੋ ਲਾਲ ਹੈ ਸੱਜਰਤਾ ਸੱਚ ਸੱਜਰਤਾ ਸੱਚ ਜਗਤੀ ਉਦਾਰਣ ਕਾਰਣ ਸਿਰ ਜੀ ਸਤਿਗੁਰਾਂ ਨੇ ਬਾਣੀ ਜੀਵਨ ਅਮਰ ਅਮੀਰ ਬਣਾਵੇ ਇਹ ਰਤਨਾ ਦੀ ਖਾਣੀ ਬਖਸ਼ ਗਿਆਨ ਅਗਿਆਨ ਮਿਟਾਵੇ ਦੀਪਕ ਬੋਧ ਜਲੰਦੇ ਏਕ ਨੂਰ ਤੇ ਸਭ ਜਗ ਪੁਜਿਆ ਕੌਣ ਪਾਲੇ ਕੋ ਮੰਦੇ ਦੁਰਲੱਭ ਗੋਜ ਪਦਾਰਥ ਸਾਂਭੇ ਗ੍ਰੰਥ ਸਾਹਿਬ ਦੇ ਥਾਣੀ ਰਤਨ ਉਪਾਏ ਤਾਰੇ ਖੀਰ ਮਥਿਆ ਪਾ ਕੇ ਮੇਰ ਮਦਾਣੀ ਸੰਤ ਸਵੇਦ ਹੰਸ ਬਣ ਚੁਗਦੇ ਮਨ ਤਾਲ ਮੁਕੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਾਲੇ ਕੋ ਮੰਦੇ ਨਰਬਦ ਤੁੰਦੂਕਾਰਾ ਨੇਰ ਪਸਰਿਆ ਸਾਰੇ ਧਰਤੀ ਨਾ ਆਕਾਸ਼ ਕਿਤੇ ਸੀ ਨਾ ਚੰਦ ਸੂਰਜ ਤਾਰੇ ਪੁਰ ਨਾ ਪੁਰਿਆ ਸਾਜੀ ਸਿਰ ਸਟੀ ਬਾਏ ਪਸ਼ੂ ਬਨ ਬੰਦੇ ਏਕ ਨੂਰ ਤੇ ਸਭ ਜਗ ਪੁਜਿਆ ਕੌਣ ਪਾਲੇ ਕੋ ਮੰਦੇ ਮਾਟੀ ਏਕ ਅਨੇਕ ਕਰ ਸਾਜੇ ਸ
ਸਾਜੇ ਸਾਜਣ ਹਾਰੇ ਨਾ ਕਿਛ ਪੋਚ ਮਾਟੀ ਕੇ ਪਾਂਡੇ ਨਾ ਕਿਛ ਪੋਚ ਕੁਮਾਰੇ ਪੂਰਨ ਜੇ ਪਾਂਡੇ ਜੇ ਕਰਮ ਕਮੰਦੇ ਏਕ ਨੂਰ ਤੇ ਸਭ ਜਗ ਉਪਦਿਆ ਕੌਣ ਪਾਲੇ ਕੋ ਮੰਦੇ ਤੂਰਾਓ ਸੇ ਸਰਜੇ ਸੇ ਗੁੜੀ ਦੀ ਪੇਲੀ ਓਹੀ ਗਰਾਜਾ ਭੋਜ ਸਾਜਦੈ ਓਹੀਓ ਗੰਗੂ ਤੇਲੀ ਓਹੀ ਪੰਡਤ ਚਤਰ ਬਣਾਏ ਓਹੀ ਅਕਲੋਂ ਅੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਾਲੇ ਕੋ ਮੰਦੇ ਬਦਕਿਆ ਜਾਮ ਲਿਓ ਸੇ ਸਰਜੇ ਜਨਕ ਤੇ ਹਾਥ ਮੁਤਾਈ ਉਸ ਪਿੰਗਲਾ ਗਨ ਕਾ ਸਾਜੀ ਉਸ ਨੇ ਮੀਰਾ ਬਾਈ ਪਾਰੇ ਬਦ ਨੇ ਗੁਸਲ ਕੇ ਸਭ ਜਗ ਲਾਇਆ ਧੰ ਕੌਣ ਪਾਲੇ ਕੋ ਮੰਦੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੀ ਹੋਰ ਲੁਕਾਈ ਏਕ ਪਿਤਾ ਏਕ ਸੁਕੇ ਬਾਰਕ ਹਨ ਸਭ ਪਾਈ ਪਾਈ ਸਾਂਝਾ ਸਾਹਿਬ ਬਾਪ ਹਮਾਰਾ ਹਮੇ ਉਸ ਦੇ ਪਰ ਜਨ ਕੌਣ ਪਾਲੇ ਕੋ ਮੰਦੇ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਜੇ ਕੋਈ ਹਿਰਦੇ ਵਸਾਵੇ ਜਨਮ ਮਰਨ ਦਾ ਗਬਨ ਨਿਵਾਰੇ ਪਿਆਰਾ ਪ੍ਰੀਤਮ ਪਾਵੇ ਨਰਕ ਸਜੀਵਨ ਮੁਕਤ ਕਰਾਵੇ ਅਨੰਦ ਆਨੰਦ ਆਨੰਦ ਕੌਣ ਪਾਲੇ ਕੋ ਮੰਦੇ ਕੌਣ ਪਾਲੇ ਕੋ ਮੰਦੇ ਕੌਣ ਪਾਲੇ ਕੋ ਮੰਦੇ ਪਰਮ ਸਤਿਕਾਰਯੋਗ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਦਾ ਸੁੰਦਰ ਰੂਪ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਰਬ ਸ਼ਕਤੀਮਾਨ ਕਿਰਪਾ ਦੇ ਖਜ਼ਾਨੇ ਗਰੀਬ ਨਵਾਜ ਜੁਗੋ ਜੁਗ ਟਲ ਚਤਰ ਚਵਰ ਛਤਰ ਦੇ ਮਾਲਕ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਗੋਦ ਦਾ ਨਿੱਘ ਪ੍ਰਾਪਤ ਕਰ ਰਹੀ ਗੁਰੂ ਕੀ ਪਿਆਰੀ ਸਾਧ ਸੰਗਤ ਅੰਮ੍ਰਿਤਮਈ ਬਾਣੀ ਗੁਰੂ ਕੇ ਪਿਆਰਿਆਂ ਪਾਸੋਂ ਸਰਵਣ ਹੋ ਕੇ ਕਰਕੇ ਨਿਹਾਲ ਹੋਏ ਹੋਏ ਖਾਲਸਾ ਜੀ ਪਿਆਰ ਵਿੱਚ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਨ ਲਈ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਤਿਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜੀ ਸਤਿਗੁਰਾਂ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਸਾਰੀ ਸੰਗਤ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਲਯੁਗ ਦੇ ਵਿੱਚ ਸਹਾਰਾ ਦੇਣ ਵਾਲੀ ਗੁਰੂ ਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਜੀ ਨੇ ਸਰਵਣ ਕੀਤਾ ਤੇ ਗੁਰਮੁਖ ਪਿਆਰਿਆਂ ਨੇ ਸਰਵਣ ਕਰਾਇਆ ਮਿੱਠੀ ਰਚਨਾ ਤੋਂ। ਇਹ ਬਖਸ਼ਿਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਕਥਾ ਵਿੱਚ ਇਹ ਬਚਨ ਕਰਿਆ ਕਰਦੇ ਸਨ ਕਿ ਕੀਰਤਨ ਕਰਨ ਵਾਲੇ ਨੂੰ ਮਿੱਠਾ ਗਲਾ, ਸ਼ੁੱਧ ਬਾਣੀ, ਸੁਰ ਅਤੇ ਤਾਲ ਬਖਸ਼ਿਸ਼ ਜਿਹੜੀ ਹੁੰਦੀ ਹੈ ਇਹ ਐਵੇਂ ਨਹੀਂ ਕਈਆਂ ਜਨਮਾਂ ਦੇ ਥਾਲ ਭਰ ਭਰ ਕੇ ਮੋਤੀ ਦਾਨ ਕੀਤੇ ਹੋਏ ਹੋਣ ਤੇ ਤਾਂ ਆ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਭਾਗਾਂ ਵਾਲੇ ਨੇ ਗੁਰਮੁਖ ਪਿਆਰੇ ਜਿਹਨਾਂ ਨੇ ਆਪਾਂ ਨੂੰ ਕੀਰਤਨ ਸੁਣਾਇਆ ਹੈ, ਤੇ ਉਦੋਂ ਵੱਡੇ ਭਾਗ ਆਪਣੇ ਨੇ ਜਿਹਨਾਂ ਨੂੰ ਆਪਾਂ ਨੂੰ ਕੀਰਤਨ ਸੁਣਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਗੁਰੂ ਕੀ ਹਜ਼ੂਰੀ ਵਿੱਚ ਸੋ ਸਤਿਗੁਰਾਂ ਦੇ ਪਿਆਰਿਆਂ ਨੇ ਕੀਰਤਨ ਇੱਥੇ ਸਮਾਪਤੀ ਕੀਤੀ ਹੈ। ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਉਸ ਹਰਿਮੰਦਰ ਸਾਹਿਬ ਦੀ ਬਾਬਤ ਜੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਨੇ ਵੀ ਸਾਰੇ ਹੀ ਥਾਂ ਦੇਖੇ ਸੰਸਾਰ ਦੇ ਵਧੀਆ ਤੋਂ ਵਧੀਆ ਥਾਂ ਨੇ, ਪਰ ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ। ਹੇ ਪਰਮਾਤਮਾ, ਜਿਹੜਾ ਤੇਰਾ ਘਰ ਹਰੀ ਦਾ ਮੰਦਰ ਬਣਿਆ ਹੈ ਇਸ ਵਰਗਾ ਕੋਈ ਨਹੀਂ ਹੈ, ਤੇ ਉਹਦੀ ਗੁਰਮੁਖ ਪਿਆਰਿਓ ਬਖਸ਼ਿਸ਼ ਅਤੇ ਉਸ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਸ਼ਾਨ ਵੱਖਰੀ। ਦੁਨੀਆਂ ਦੇ ਉੱਤੇ 6 ਜਾਂ 7 ਅਜੂਬੇ ਮੈਨੂੰ ਬਾਹਲਾ ਪਤਾ ਨਹੀਂ ਇਹਦੇ ਬਾਰੇ। ਸੋ ਉਹ ਅਜੂਬੇ ਜਿਹੜੇ ਨੇ ਦੁਨੀਆਂ ਦੇ ਵਿੱਚ ਉਹਨਾਂ ਨੂੰ ਦੇਖਣ ਵਾਸਤੇ ਵੀ ਲੋਕ ਜਾਂਦੇ ਨੇ। ਉਹਨਾਂ ਅਜੂਬਿਆਂ ਦੀ ਦੇਖ ਰੇਖ ਵਾਸਤੇ ਸਰਕਾਰਾਂ ਦਾ ਪੂਰਾ ਜ਼ੋਰ ਲੱਗਾ ਪੂਰਾ, ਜਿਹਦੇ ਵਿੱਚ ਤਾਜ ਮਹੱਲ ਵਗੈਰਾ ਤੇ ਹੋਰ ਇਟਲੀ ਦੇ ਵਿੱਚ 2-4 ਬਿਲਡਿੰਗਾਂ ਦੇ ਹੋਰ ਵੀ ਹਨ। ਉਹਨਾਂ ਨੂੰ ਦੇਖ ਰੇਖ ਵਾਸਤੇ ਉਹਦੀ ਸਾਂਭ ਸੰਭਾਲ ਲਈ ਸਰਕਾਰਾਂ ਦਾ ਪੂਰਾ ਜ਼ੋਰ ਲੱਗਾ ਵੀ ਉਹਨਾਂ ਦੀ ਸ਼ਾਨ ਬਣੀ ਰਹੇ, ਪਰ ਉਹਨਾਂ ਦੀ ਸ਼ਾਨ ਘੱਟ ਰਹੀ ਹੈ। ਸ਼ਾਨ ਦਿਨੋਂ ਦਿਨ ਘੱਟ ਰਹੀ ਹੈ, ਪਰ ਜਿਸ ਦੀ ਬਾਬਤ ਆਪਾਂ ਸ਼ਬਦ ਸੁਣਿਆ ਹਰਿਮੰਦਰ ਸਾਹਿਬ ਦੀ ਬਾਬਤ, ਜਿਹਦੇ ਦਰਸ਼ਨ ਤੇ ਇਸ਼ਨਾਨ ਗੁਰੂ ਕਾ ਸਿੱਖ ਅਰਦਾਸ ਵੇਲੇ ਵਿੱਚ 2 ਵੇਲੇ ਮੰਗਦਾ ਹੈ, ਉਸ ਦੀ ਸ਼ਾਨ ਘਟਾਉਣ ਲਈ ਬਹੁਤ ਸਾਰੀਆਂ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ, ਪਰ ਉਹਦੀ ਸ਼ਾਨ ਦਿਨੋਂ ਦਿਨ ਵੱਧ ਰਹੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਵੱਧ ਰਹੀ ਹੈ? ਕਿਉਂਕਿ ਉਹ ਪਰਮੇਸ਼ਰ ਦਾ ਘਰ ਹੈ, ਕਿਉਂਕਿ ਆਪ ਬਣਾਇਆ ਪਰਮੇਸ਼ਰ ਨੇ। ਅੱਜ ਆਪਾਂ ਪ੍ਰਬੰਧ ਪ੍ਰਸੰਗ ਜਿਹੜਾ ਹੈ ਕੱਲ੍ਹ ਆਪ ਜੀ ਦੇ ਨਾਲ ਸਾਂਝ ਪਾਈ ਸੀ ਵੀ ਸਤਿਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਸੰਗ ਆਪ ਜੀ ਦੇ ਨਾਲ ਆਪਾਂ ਸਾਂਝਾ ਕਰਨਾ ਹੈ। ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਮੇਰੇ ਸਤਿਗੁਰਾਂ ਨੇ ਆਪਣੇ ਪਿਤਾ ਗੁਰਦੇਵ ਜੀ ਦਾ ਜਿਹੜਾ ਹੁਕਮ ਸੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਨੀ, ਉਹ ਹਰਿਮੰਦਰ ਸਾਹਿਬ ਦੇ ਸਾਹਮਣੇ ਹੈ, ਦਰਸ਼ਨੀ ਡਿਓੜੀ ਦੇ ਸਾਹਮਣੇ ਹੈ। ਇਹ ਹਰਿਮੰਦਰ ਸਾਹਿਬ ਜਿਸ ਵੇਲੇ ਇਸਦੀਆਂ ਨੀਹਾਂ ਪੁੱਟੀਆਂ ਜਾ ਰਹੀਆਂ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਓ ਸੰਗਤ ਥੱਕ ਗਈ, ਜਿਹੜੀ ਹਰਕੀ ਪੌੜੀ ਆ ਇਸ ਪੌੜੀ ਵਾਲੀ ਨੀਂਹ ਜਿਹੜੀ ਆ ਕਰੜਾ ਥਾਂ ਆ ਗਿਆ। 5ਵੇਂ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬੁੱਢਾ ਸਾਹਿਬ ਜੀ ਸੰਗਤਾਂ ਨੂੰ ਲੰਗਰ ਪਾਣੀ ਛਕਾਓ ਤੇ ਕੁਝ ਆਰਾਮ ਕਰਨ ਵਾਸਤੇ ਸਮਾਂ ਦਿਓ ਤਾਂ ਕਿ ਆਪਾਂ ਦਮ ਲੈ ਕੇ ਸੰਗਤ ਜ਼ੋਰ ਮਾਰ ਕੇ ਨੀਂਹ ਜਿਹੜੀ ਆ ਪੱਟ ਦੇਵੇ। ਬਾਬਾ ਜੀ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਸੰਗਤਾਂ ਨੂੰ ਹੁਕਮ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜਿਹਨੂੰ ਅੱਜ ਆਪਾਂ ਕੋਠਾ ਸਾਹਿਬ ਕਹਿੰਦੇ ਹਾਂ,
ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸੁਖਾਸਨ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿੱਥੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਪਲਘੇ ਦੇ ਥੱਲੇ ਚਾਦਰ ਵਿਛਦੀ ਹੈ, ਇਸ ਨੂੰ ਉਹਨਾਂ ਸਮਿਆਂ ਵਿੱਚ ਬ੍ਰਹਮ ਕੁਟੀਆ ਕਿਹਾ ਜਾਂਦਾ ਸੀ। ਤੇ ਇੱਥੇ ਸਤਿਗੁਰਾਂ ਦਾ ਇਹ ਰਹਿਸ਼ੀ ਕਮਰਾ ਸੀ, ਆਰਾਮ ਕਰਦੇ ਸਨ। ਸਤਿਗੁਰੂ ਇਸ ਕੋਠਾ ਸਾਹਿਬ ਵਿੱਚ ਆਰਾਮ ਕਰਦੇ ਨੇ, ਸੰਗਤਾਂ ਨੇ ਲੰਗਰ ਪਾਣੀ ਛਕਿਆ ਤੇ ਜਿੱਥੇ ਜਿੱਥੇ ਜਗ੍ਹਾ ਮਿਲੀ ਉੱਥੇ ਆਰਾਮ ਕਰ ਰਹੀਆਂ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਉੱਠੇ ਤੇ ਇਹਨਾਂ ਨੇ ਦੇਖਿਆ ਕਿ ਆਪਾਂ ਹੁਣ ਅੰਦਾਜ਼ਾ ਲਾਈਏ, ਘਰ ਚੋਂ ਸਿਆਣਾ ਬੰਦਾ ਉੱਠਦਾ ਹੁੰਦਾ, ਹੁਣ ਕੰਮ ਕਿਹੜੇ ਪਾਸੇ ਸ਼ੁਰੂ ਕਰਨਾ ਹੈ। ਜਦੋਂ ਬਾਬਾ ਬੁੱਢਾ ਸਾਹਿਬ ਜੀ ਆਏ, ਉਹਨਾਂ ਨੇ ਕੀ ਦੇਖਿਆ, ਕਿਸੇ ਇਲਾਕੇ ਦੀ ਸੰਗਤ ਮਾਰੋ ਮਾਰ ਉਹ ਕਾਰ ਸੇਵਾ ਜਿਹੜੀ ਹੈ ਉਹ ਕਰ ਰਹੀ ਹੈ। ਤੇ ਬਾਬਾ ਬੁੱਢਾ ਜੀ ਹੈਰਾਨ ਹੋ ਕੇ ਸਤਿਗੁਰਾਂ ਪਾਸ ਗਏ, ਮਹਾਰਾਜ ਜਿਸ ਮਿੱਟੀ ਨੂੰ ਜਿਸ ਨੀਂਹ ਨੂੰ ਪੱਟਣ ਵਾਸਤੇ ਸੰਪੂਰਨ ਕਰਨ ਲਈ ਸੰਗਤਾਂ ਨੂੰ ਦਮ ਲੈਣ ਲਈ ਕਿਹਾ ਹੈ, ਪਤਾ ਨਹੀਂ ਕਿਹੜੇ ਇਲਾਕੇ ਦੀ ਸੰਗਤ ਆਈ ਹੈ, ਉਹਨਾਂ ਨੇ ਉਹ ਨੀਂਹ ਪੱਟ ਦਿੱਤੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਆਏ ਤੇ ਕਿੱਥੇ ਆਏ, ਜਿਹਦਾ ਨਾਮ ਅੱਜ ਦਰਸ਼ਨੀ ਡਿਓੜੀ ਹੈ, ਡਿਓੜੀਆਂ ਉੱਥੇ ਹੋਰ ਵੀ ਨੇ, ਪਰ ਇਹਦਾ ਨਾਂ ਦਰਸ਼ਨੀ ਡਿਓੜੀ ਕਿਉਂ ਰੱਖਿਆ ਖਾਲਸਾ ਜੀ? ਉੱਥੇ ਕਿਉਂ ਰੱਖਿਆ? ਕਿਉਂਕਿ ਪਰਮੇਸ਼ਰ ਖੁਦ ਆਪਣੇ ਸੀਸ ਉੱਤੇ ਟੋਕਰੀ ਚੱਕ ਕੇ ਢੋ ਕੇ ਉਹ ਨੀਂਦ ਦੇ ਵਿੱਚੋਂ ਕਾਰ ਸੇਵਾ ਕਰ ਰਹੇ ਸਨ। ਉੱਥੇ ਦਰਸ਼ਨ ਹੋਏ ਸਤਿਗੁਰਾਂ ਨੂੰ, ਪਰਮੇਸ਼ਰ ਦੇ ਸਿਰ ਤੇ ਟੋਕਰੀ ਢਾਉਂਦਿਆਂ ਹੋਇਆ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਈ, ਮੇਰੇ ਪਰਮੇਸ਼ਰ ਨੂੰ ਪਰਮੇਸ਼ਰ ਦੇ ਦਰਸ਼ਨ ਹੋਏ। ਤੇ ਉਸ ਵੇਲੇ ਸਤਿਗੁਰਾਂ ਨੇ ਉਸ ਜਗ੍ਹਾ ਦਾ ਨਾਂ ਰੱਖਿਆ ਦਰਸ਼ਨੀ ਡਿਓੜੀ, ਕਿਉਂਕਿ ਦਰਸ਼ਨ ਹੋਏ ਸਾਕਸ਼ਾਤ। ਤੇ ਹਰ ਕੀ ਪੌੜੀ ਕਿਉਂ ਉਸਦਾ ਨਾਮ ਰੱਖਿਆ? ਕਿਉਂਕਿ ਹਰੀ ਪਰਮਾਤਮਾ ਨੇ ਉਸ ਨੀਂਹ ਦੇ ਵਿੱਚ ਆਪ ਕਾਰ ਸੇਵਾ ਕੀਤੀ ਨਾਲ ਆਪਣੀ ਸੰਗਤ ਲਿਆਣ ਕੇ, ਤੇ ਜਿਹੜੀ ਇੱਥੋਂ ਮਿੱਟੀ ਪੁੱਟ ਕੇ ਉਸ ਨੀਂਹ ਦੇ ਵਿੱਚੋਂ ਜਿੱਥੇ ਸਿੱਟੀ ਉੱਥੇ ਢੇਰ ਲਾਇਆ, ਉਹ ਸੀ ਦਰਸ਼ਨੀ ਡਿਓੜੀ ਦੇ ਸਾਹਮਣੇ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਬਾਕੀ ਸਾਰੀ ਮਿੱਟੀ ਜਿਹੜੀ ਹੈ ਉਹ ਵਰਤਣੀ ਹੈ, ਪਰ ਜਿਹੜੀ ਐਸ ਸੰਗਤ ਨੇ ਮੇਰੇ ਪਰਮੇਸ਼ਰ ਨੇ ਜਿਹੜੀ ਅਕਾਲ ਪੁਰਖ ਨੇ ਕਾਰ ਸੇਵਾ ਕੀਤੀ ਹੈ ਇਸ ਮਿੱਟੀ ਨੂੰ ਨਹੀਂ ਛੇੜਨਾ। ਬਾਬਾ ਜੀ ਨੇ ਹੁਕਮ ਮੰਨਿਆ ਤੇ ਸਮਾਂ ਆਇਆ ਖਾਲਸਾ ਜੀ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਹੁਕਮ ਸੀ ਕਿ ਦਿੱਲੀ ਦੇ ਤਖ਼ਤ ਦੇ ਮੁਕਾਬਲੇ ਅਕਾਲ ਦਾ ਤਖ਼ਤ ਸਾਜਣਾ ਹੈ, ਤੇ ਉਸ ਜੋ ਅਕਾਲ ਪੁਰਖ ਨੇ ਮਿੱਟੀ ਹਰ ਕੀ ਪੌੜੀ ਵਾਲੇ ਅਸਥਾਨ ਤੋਂ ਲਿਆਣ ਕੇ ਉੱਥੇ ਰੱਖੀ, ਉਸ ਨੂੰ ਪੱਧਰਿਆ ਕਰਕੇ ਮੇਰੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਉੱਤੇ ਤਖ਼ਤ ਬਣਾ ਕੇ ਤੇ ਨਾਂ ਉਸਦਾ ਰੱਖਿਆ ਅਕਾਲ ਤਖ਼ਤ ਸਾਹਿਬ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਕਰਕੇ ਪ੍ਰੇਮ ਦੇ ਨਾਲ ਗੁਰੂ ਕੇ ਪਿਆਰੇ ਬਾਤਾਂ ਨੇ ਹਰ ਕੀ ਪੌੜੀ ਹਰੀ ਪਰਮਾਤਮਾ ਨੇ ਕਾਰ ਸੇਵਾ ਕੀਤੀ, ਦਰਸ਼ਨੀ ਡਿਓੜੀ ਗੁਰੂ ਅਰਜਨ ਦੇਵ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਨੂੰ ਸਾਕਸ਼ਾਤ ਦਰਸ਼ਨ ਹੋਏ ਕਾਰ ਸੇਵਾ ਕਰਦਿਆਂ ਪਰਮੇਸ਼ਰ ਦੇ। ਤੇ ਜਿੱਥੇ ਉਹ ਕਾਰ ਸੇਵਾ ਕਰਕੇ ਮਿੱਟੀ ਦਾ ਢੇਰ ਲਾਇਆ ਉਸ ਅਕਾਲ ਤਖ਼ਤ ਸਾਹਿਬ ਨੂੰ ਉਹਦਾ ਨਾਮ ਦਿੱਤਾ, ਉੱਥੇ ਤਖ਼ਤ ਬਣਾ ਕੇ ਸਤਿਗੁਰਾਂ ਨੇ ਅਕਾਲ ਤਖ਼ਤ ਸਾਹਿਬ। ਉਸ ਅਕਾਲ ਤਖ਼ਤ ਸਾਹਿਬ ਦੇ ਉੱਤੇ ਖੜੋ ਕੇ ਮੇਰੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨ ਕੇ ਇਹ ਐਲਾਨ ਕੀਤਾ, ਜਿਨ੍ਹਾਂ ਨੇ ਸਾਡੇ ਪਿਤਾ ਜੀ ਨੂੰ ਤੱਤੀਆਂ ਲੋਹਾਂ ਉੱਤੇ ਦੇਗਾਂ ਵਿੱਚ ਉਬਾਲ ਕੇ ਤੱਤੀ ਰੇਤਾ ਸੀਸ ਵਿੱਚ ਪਾ ਕੇ ਸ਼ਹੀਦ ਕੀਤਾ, ਉਹਨਾਂ ਕੋਲੋਂ ਹੱਕ ਲੈਣਾ ਹੈ। ਜਦੋਂ ਇਹ ਗੱਲ ਕਹੀ ਤੇ ਉਸ ਵੇਲੇ ਸਰਕਾਰਾਂ ਨੇ ਵੀ ਕੰਬਣਾ ਸੀ, ਸਤਿਗੁਰਾਂ ਨੇ ਆਪ ਸ੍ਰੀ ਸਾਹਿਬਾਂ ਪਹਿਨੀਆਂ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ, ਭਾਈ ਪੈੜਾ, ਭਾਈ ਮੋਖਾ, ਭਾਈ ਲੰਗਾਹਾ ਜੀ ਆਦਿ ਗੁਰੂ ਕੇ ਸਿੱਖਾਂ ਨੂੰ ਬੇਅੰਤ ਨੂੰ ਸ਼ਸਤਰਧਾਰੀ ਬਣਾਇਆ ਤੇ ਫੌਜ ਬਣਾਉਣ ਵਾਸਤੇ ਹੁਕਮ ਕੀਤਾ। ਗੁਰੂ ਕੇ ਸਿੱਖਾਂ ਨੇ ਛਾਲਾਂ ਮਾਰ ਮਾਰ ਕੇ ਆਪਣੇ ਪੁੱਤਰ ਜਿਹੜੇ ਸਨ
ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤੇ ਤੇ ਹੱਕ ਲੈਣ ਲਈ ਜਿਸ ਵੇਲੇ ਐਲਾਨ ਹੋਇਆ, ਦੀਵਾਨ ਚੰਦੂ ਨੂੰ ਫਿਕਰ ਪੈ ਗਿਆ। ਦੀਵਾਨ ਚੰਦੂ ਨੇ ਚਾਲਾਂ ਘੜਨੀਆਂ ਸ਼ੁਰੂ ਕੀਤੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਹੁਣ ਛੇਵੇਂ ਪਾਤਸ਼ਾਹ ਮਹਾਰਾਜ ਜੋ ਸ਼ਸਤਰਧਾਰੀ ਹੋ ਗਏ ਨੇ ਮੈਨੂੰ ਪੈਣਗੇ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਅੜਿੱਕੇ ਵਿੱਚ ਲਿਆ ਜਾਏ। ਗੱਲ ਚਲਾਉਂਦਿਆਂ ਚਲਾਉਂਦਿਆਂ ਵਜੀਦ ਖਾਨ ਵਜੀਦ ਉਸ ਦੇ ਨਾਲ ਬਾਦਸ਼ਾਹ ਦੀ ਸਲਾਹ ਕਰਵਾ ਕੇ ਕਿ ਛੇਵੇਂ ਪਾਤਸ਼ਾਹ ਮਹਾਰਾਜ ਤੇ ਨਿਗਾਹ ਰੱਖਣੀ ਚਾਹੀਦੀ ਹੈ ਜਾਂ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ, ਤੇ ਬਹਾਨਾ ਬਣਾ ਕੇ ਇਹਨੇ ਵਜੀਦ ਖਾਨ ਰਾਹੀਂ ਸੁਨੇਹਾ ਭੇਜਿਆ ਕਿ ਬਾਦਸ਼ਾਹ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ, ਦਿੱਲੀ ਤੁਹਾਨੂੰ ਬੁਲਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਸੁਣਿਆ ਤੇ ਕੁਝ ਹੈਰਾਨੀ ਹੋਈ। ਮਾਤਾ ਜੀ ਦੇ ਕੋਲ ਜਾ ਕੇ ਕੁਝ ਸਿੱਖਾਂ ਨੇ ਗਿਲਾ ਕੀਤਾ, ਮਾਤਾ ਜੀ ਅੱਗੇ ਪੰਜਵੇਂ ਪਾਤਸ਼ਾਹ ਨੂੰ ਬਾਦਸ਼ਾਹ ਨੇ ਸੱਦਿਆ ਤੇ ਸ਼ਹੀਦ ਕਰ ਦਿੱਤਾ ਹੈ ਤੇ ਹੁਣ ਛੇਵੇਂ ਪਾਤਸ਼ਾਹ ਨੇ ਐਲਾਨ ਵੀ ਬੜਾ ਸਖਤ ਕੀਤਾ ਹੈ, ਬਾਦਸ਼ਾਹ ਫਿਰ ਕੋਈ ਨਾ ਕੋਈ ਚਾਲ ਚਲਾਵੇਗਾ ਦਿੱਲੀ ਜਾਣਾ ਚਾਹੀਦਾ ਜਾਂ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਇਹ ਗੱਲ ਪਹੁੰਚੀ, ਸਤਿਗੁਰੂ ਕਹਿਣ ਲੱਗੇ ਅਸੀਂ ਦਿੱਲੀ ਜਾਵਾਂਗੇ। ਤੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਪੰਜ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚੇ। ਦਿੱਲੀ ਮਜਨੂੰ ਦੇ ਟਿੱਲੇ ਉੱਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਸ਼ ਕੀਤੀ। ਬਾਦਸ਼ਾਹ ਜਹਾਂਗੀਰ ਨੇ ਬੁਲਾਇਆ ਸਤਿਗੁਰਾਂ ਨੂੰ, ਸਤਿਗੁਰਾਂ ਨੂੰ ਮਿਲ ਕੇ, ਕਿਉਂਕਿ ਰਾਜਨੀਤਿਕ ਜਿਹੜੇ ਹੁੰਦੇ ਹਨ ਇਹ ਪਹਿਲੋਂ ਬੜੀ ਨਿਮਰਤਾ ਤੇ ਪਿਆਰ ਦੇ ਵਚਨ ਕਰਦੇ ਹਨ। ਇਹਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੱਲਾਂ ਕੀਤੀਆਂ ਤੇ ਕਹਿਣ ਲੱਗਾ, ਗੱਲਾਂ ਬਾਤਾਂ ਕਰਦਿਆਂ ਕਰਦਾ ਜਿੱਦਾਂ ਕੋਈ ਆਪਣੇ ਆਵੇ ਆਪਾਂ ਕਹੀਦਾ ਵੀ ਚੱਲ ਤੈਨੂੰ ਸ਼ਹਿਰ ਦਿਖਾ ਲਿਆਈਏ, ਚੱਲ ਤੈਨੂੰ ਸਾਡੇ ਇੱਥੇ ਬਾਗ ਨੇ ਘੁੰਮਣ ਵਾਲੇ ਕੋਈ ਗਾਰਡਨ ਦਿਖਾ ਲਿਆਈਏ। ਇਸੇ ਤਰ੍ਹਾਂ ਬਾਦਸ਼ਾਹ ਗੱਲ ਚਲਾਉਣ ਦਾ ਮਾਰਾ, ਕਹਿਣ ਲੱਗਾ ਸਤਿਗੁਰੂ ਜੀ ਆਓ ਸੈਰ ਤੇ ਸ਼ਿਕਾਰ ਨੂੰ ਚੱਲੀਏ। ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ, ਕਹਿੰਦੇ ਚਲੋ ਜੀ। ਜਿਸ ਵੇਲੇ ਤੁਰਿਆਂ ਜਾਂਦਿਆਂ ਜਾਂਦਿਆਂ ਜੰਗਲ ਦਾ ਇਲਾਕਾ ਆਇਆ, ਉਹਨਾਂ ਸਮਿਆਂ ਵਿੱਚ ਇੰਨੀ ਬਸੋ ਨਹੀਂ ਸੀ ਤੇ ਜੰਗਲ ਦੇ ਵਿੱਚੋਂ ਸ਼ੇਰ ਨੇ ਬੁੱਬ ਮਾਰੀ, ਕਿਉਂਕਿ ਜੰਗਲ ਵਿੱਚ ਪਤਾ ਲੱਗ ਜਾਂਦਾ ਸ਼ੇਰ ਨੂੰ ਵੀ ਕੋਈ ਮਨੁੱਖ ਆਇਆ ਹੈ। ਇਹਨੇ ਬੁੱਬ ਮਾਰੀ ਤੇ ਦੀਵਾਨ ਚੰਦੂ, ਰਾਜਨੀਤਿਕ ਜਿਹੜੇ ਵਜ਼ੀਰ ਹੁੰਦੇ ਨੇ ਇਹ ਸਕੀਮਾਂ ਦੱਸਣ ਵਾਸਤੇ ਹੁੰਦੇ ਨੇ ਕਿ ਵਿਰੋਧੀਆਂ ਨੂੰ ਕਿਵੇਂ ਖਤਮ ਕਰਨਾ ਹੈ। ਜਦੋਂ ਸ਼ੇਰ ਦੀ ਆਵਾਜ਼ ਸੁਣੀ, ਗਰਜਵੀਂ ਆਵਾਜ਼, ਇਹਨਾਂ ਨੂੰ ਪਤਾ ਲੱਗ ਗਿਆ ਵੀ ਸ਼ੇਰ ਹੁਣ ਸਾਡੇ ਵੱਲ ਵੀ ਆਵੇਗਾ। ਦੀਵਾਨ ਚੰਦੂ ਨੇ ਮਲਕ ਦੇਣੀ ਬਾਦਸ਼ਾਹ ਜਹਾਂਗੀਰ ਨੂੰ ਕੋਲ ਜਾ ਕੇ ਕਿਹਾ, ਬਾਦਸ਼ਾਹ ਆਪਣੇ ਦੋ ਦੁਸ਼ਮਣ ਨੇ, ਇੱਕ ਛੇਵੇਂ ਪਾਤਸ਼ਾਹ ਤੇ ਇੱਕ ਆ ਜਿਹੜਾ ਸ਼ੇਰ ਗਰਜ ਰਿਹਾ ਹੈ, ਤੇ ਹੁਣ ਇਹ ਤੁਹਾਡੇ ਬਚਾਅ ਵਾਸਤੇ ਮੈਂ ਤੁਹਾਨੂੰ ਸਕੀਮ ਦੱਸਦਾ। ਕਹਿੰਦਾ ਕੀ? ਕਹਿੰਦਾ ਦੋਵਾਂ ਦੁਸ਼ਮਣਾਂ ਨੂੰ ਆਪਸ ਵਿੱਚ ਹੀ ਲੜਾ ਦਿੱਤਾ ਜਾਏ ਤਾਂ ਕਿ ਇੱਕ ਖਤਮ ਹੋ ਜਾਊਗਾ ਤੇ ਆਪਾਂ ਇੱਕ ਤੋਂ ਦਵੇਲੇ ਹੋਵਾਂਗੇ। ਬਾਦਸ਼ਾਹ ਨੂੰ ਬੜੀ ਚੰਗੀ ਗੱਲ ਲੱਗੀ, ਕਹਿੰਦਾ ਬਹਾਨੇ ਨਾਲ ਮਹਾਰਾਜ, ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਹੋ ਤੁਸੀਂ ਸ਼ਸਤਰਧਾਰੀ ਹੋ, ਤੁਸੀਂ ਸੂਰਮੇ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਦੀ ਦੇ ਵਾਰਸ ਹੋ, ਸਾਡੀ ਰਾਖੀ ਕਰੋ ਤੇ ਉਹ ਰਾਖੀ ਕਰਨ ਵਾਸਤੇ ਬਾਦਸ਼ਾਹ ਹੱਥ ਜੋੜ ਕੇ ਮੇਰੇ ਛੇਵੇਂ ਪਾਤਸ਼ਾਹ ਸਤਿਗੁਰਾਂ ਨੂੰ ਸ਼ੇਰ ਕੋਲੋਂ ਆਪਣਾ ਬਚਾਅ ਕਰਾਉਣ ਵਾਸਤੇ ਜਿਵੇਂ ਬੇਨਤੀ ਕਰਦਾ ਇਸ ਵੇਲੇ ਦਾ ਵਾਤਾਵਰਨ, ਹੇ ਐਵੇਂ ਬੇਨਤੀ ਕੀਤੀ ਜਾਵੇ। ਜਹਾਂਗੀਰ ਜੰਗ ਆ ਸ਼ਿਕਾਰ, ਇੱਕ ਸ਼ੇਰ ਦਿਸੇ ਬੁੱਬ ਮਾਰ, ਤੱਕ ਮੌਤ ਕੰਬੀ ਸਰਕਾਰ, ਝੱਟ ਮੁੱਖ ਚੋਂ ਬਚਨੇ ਉਚਾਰੇ ਜੀ ਮੈਂ ਦੌਲਤ ਦਿਆਂ ਮੂੰਹ ਮੰਗੀ, ਜੋ ਸ਼ੇਰ ਨੂੰ ਮਾਰ ਮੁਕਾਵੇ ਜੀ ਬਲ ਤਾਰੇ। ਲਾਲ ਸ਼ੇਰ ਬਿਆਕੂੜੇ, ਸ੍ਰੀ ਜਨਤਾ ਸ਼ੇਰ ਦੇ ਮੂਹਰੇ, ਜਹਾਂਗੀਰ ਸਦੇ ਸਤ ਪੂਰੇ, ਮੂੰਹ ਮੰਗੀਆਂ ਮਰਾਦਾ ਪਾਵੇ ਜੀ ਜੋ ਮਰਦ ਸੂਰ ਮਾਦਾਨੀ, ਉਹ ਸ਼ੇਰ ਨੂੰ ਮਾਰ ਮੁਕਾਵੇ ਜੀ ਬਲ ਤਾਰੇ। ਤੱਕ ਦਿਲ ਸਭਨਾਂ ਦੇ ਧੜਕੇ, ਗੱਲ ਕਹਿਣੀ ਅੱਲਾਹੂ ਪੜ ਕੇ,
ਆਈ ਫੌਜ ਵਿਰੋਧੀ ਚੜ ਕੇ ਜਿੰਦ ਮੌਤ ਕਰਨ ਬਟਵਾਰੇ ਜੀ ਮੈਂ ਦੌਲਤ ਦੀਆਂ ਮੂੰਹ ਮੰਗੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ ਬਾਦਸ਼ਾਹ ਦੇ ਕੰਨ ਵਿੱਚ ਫੂਕ ਮਾਰੀ ਕਹਿੰਦਾ ਆਪਣੇ ਦੋਵੇਂ ਦੁਸ਼ਮਣ ਨੇ ਕਿਉਂਕਿ ਹਿੰਦੂ ਬੜਾ ਚਲਾਕ ਹੈ ਖਾਲਸਾ ਜੀ ਐਵੇਂ ਨਹੀਂ ਦਿੱਲੀ ਦਾ ਤਖ਼ਤ ਮੱਲ ਕੇ ਬੈਠਾ 93 ਸਿਰ ਤੁਸੀਂ ਵਾਰੇ ਕੁਰਬਾਨੀਆਂ ਤੁਸੀਂ ਕੀਤੀਆਂ ਸ਼ਹੀਦੀਆਂ ਤੁਸੀਂ ਦਿੱਤੀਆਂ ਤੇ ਦੇਸ਼ ਗਾਂਧੀ ਹੋਣੀ ਮੱਲ ਕੇ ਬਹਿ ਗਏ ਗੱਜ ਕੇ ਆਖੂ ਸਤਨਾਮ ਸ੍ਰੀ ਐਵੇਂ ਨਹੀਂ ਚਲਾਕੀ ਹੈ ਜਿਸ ਵੇਲੇ ਤਿਰੰਗੇ ਝੰਡੇ ਦੀ ਮਾਰਚ ਹੋਣ ਲੱਗੀ ਖਾਲਸਾ ਜੀ ਇਤਿਹਾਸਕ ਨੁਕਤਾ ਹੈ ਸੁਣਨਾ ਪਿਆਰ ਨਾਲ ਨੌਜਵਾਨ ਵੀਰ ਪੜ੍ਹੇ ਲਿਖੇ ਬੈਠੇ ਨੇ ਇਹ ਜਿਹੜਾ ਤਿਰੰਗਾ ਨਾ ਕੇਸਰੀ ਨਿਸ਼ਾਨ ਜਿਹੜਾ ਕੇਸਰੀ ਰੰਗ ਆ ਇਹ ਥੱਲੇ ਪਾਸੇ ਵਾਲੇ ਪਾਸੇ ਸੀ ਪਹਿਲਾਂ ਥੱਲੇ ਵਾਲੇ ਪਾਸੇ ਅਤੇ ਜਿਹੜਾ ਹਰਾ ਆ ਉਹ ਉੱਤੇ ਸੀ ਅਤੇ ਇਹ ਬਾਹਮਣ ਸਦਾ ਹੀ ਤਰੀਕੇ ਦੇ ਨਾਲ ਗੱਭੇ ਹੀ ਰਹੇ ਬਈ ਜਾਂ ਹਮਲਾ ਜਿਹੜਾ ਉਹ ਪਿੱਛਿਓਂ ਹੁੰਦਾ ਅਤੇ ਜਾਂ ਮੋਹਰਿਓਂ ਹੁੰਦਾ ਕਹਿੰਦਾ ਵੀ ਜਾਂ ਮੁਸਲਮਾਨ ਮੰਨਗੇ ਜਾਂ ਸਿੱਖ ਮੰਨਗੇ ਅਸੀਂ ਗੱਭੇ ਸੇਫ ਰਵਾਂਗੇ ਗੱਜ ਕੇ ਆਖੋ ਸਤਨਾਮ ਝੰਡਾ ਮਾਰਚ ਹੋਣ ਲੱਗਾ ਰੰਗ ਅੰਗਰੇਜ਼ਾਂ ਦੇ ਸਮੇਂ
ਤਿਰੰਗਾ ਝੰਡਾ ਤਿੰਨ ਕੌਮਾਂ ਸੀ ਅਤੇ ਉਸ ਵੇਲੇ ਸਿੱਖਾਂ ਦੇ ਆਗੂ ਬਾਬਾ ਖੜਗ ਸਿੰਘ ਸਨ ਅਤੇ ਨਹਿਰੂ ਹੋਣੀ ਕਹਿਣ ਲੱਗੇ ਪਤਾ ਸੀ ਮੋਹਰੇ ਗੋਰੇ ਨੇ ਗੰਨਾਂ ਬੀੜੀਆਂ ਨੇ ਝੰਡਾ ਮਾਰਤੇ ਉਹਨਾਂ 'ਤੇ ਗੋਲੀ ਚੱਲਣੀ ਹੈ ਇਹ ਕਹਿਣ ਲੱਗੇ ਜੀ ਬਾਬਾ ਜੀ ਮੋਹਰੇ ਕੌਣ ਲੱਗੇ ਅਤੇ ਬਾਬਾ ਖੜਗ ਸਿੰਘ ਜੀ ਬਹੁਤ ਹੀ ਸੂਝਵਾਨ ਅਤੇ ਸਤਿਗੁਰੂ ਦੀ ਕਿਰਪਾ ਵਾਲੇ ਸਨ ਉਹ ਕਹਿਣ ਲੱਗੇ ਜੀ ਕਦੇ ਵਾਸਤੇ ਆਪਾਂ ਲੜਦੇ ਆਹ ਤਿਰੰਗੇ ਝੰਡੇ ਦੀ ਆਪਾਂ ਮਾਰਚ ਕਰਨੀ ਕਹਿੰਦਾ ਜੀ ਹਾਂ ਕਹਿੰਦਾ ਫਿਰ ਇਨਸਾਫ ਹੋ ਗਿਆ ਵੀ ਮੋਹਰੇ ਕੌਣ ਲੱਗੂ ਤੇ ਪਿੱਛੇ ਕੌਣ ਲੱਗੂ ਕਹਿੰਦੇ ਜੀ ਕਿਵੇਂ ਕਹਿੰਦੇ ਜਿੱਦਾਂ ਜਿੱਦਾਂ ਰੰਗ ਨੇ ਆਹ ਹੈਦਰੀ ਕਹਿੰਦੇ ਮੁਸਲਮਾਨਾਂ ਦਾ ਹਰਾ ਰੰਗ ਚਿੱਟਾ ਤੁਹਾਡਾ ਕੇਸਰੀ ਸਿੱਖਾਂ ਦਾ ਤੇ ਜਿਹੜਾ ਰੰਗ ਉੱਤੇ ਆ ਉਹ ਮੋਹਰੇ ਹੋ ਜਾਏ ਜਿਹਦਾ ਗੱਭੇ ਹੋ ਗੱਭੇ ਰਹੇ ਜਿਹਦਾ ਥੱਲੇ ਉਹ ਪਿੱਛੇ ਹੋ ਜਾਵੇ ਤੇ ਉਸੇ ਵੇਲੇ ਚਲਾਕ ਬੰਦੇ ਦੀਵਾਨ ਚੰਦੂ ਦੀ ਔਲਾਦ ਗੁਰਮੁਖ ਪਿਆਰੇ ਹੋ ਉਹ ਕਹਿਣ ਲੱਗੇ ਬਾਬਾ ਜੀ ਤੁਸੀਂ ਸਿੱਖ ਬਹਾਦਰ ਕੌਮ ਹੋ ਇਹ ਕਿਹੜੀ ਗੱਲ ਆ ਆਪਾਂ ਝੰਡੇ ਦਾ ਰੰਗ ਉੱਤਾ ਕਰ ਦਿੰਦੇ ਹਾਂ ਉਹਨਾਂ ਨੇ ਲਾ ਕੇ ਝੰਡਾ ਪੁੱਠਾ ਕਰਤਾ ਤੇ ਸਿੱਖ ਮੋਹਰੇ ਕਰਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਆਹ ਕੰਮ ਹੈ ਤਿਰੰਗਾ ਕੇਸਰੀ ਉੱਚੇ ਪਰ ਗੁਰੂ ਕੇ ਸਿੱਖੋ ਇਹ ਇਤਿਹਾਸ ਹੈ ਗੋਲੀਆਂ ਖਾ ਕੇ ਸ਼ਹੀਦੀਆਂ ਦੇ ਕੇ ਰੰਗ ਉੱਚਾ ਕਰਾਇਆ ਖਾਲਸੇ ਦਾ ਇਹਨਾਂ ਨੇ ਐਵੇਂ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਉਸ ਵੇਲੇ ਕੁਰਬਾਨੀਆਂ ਕਰਕੇ ਇਹ ਰੰਗ ਉੱਚਾ ਕਰਾਇਆ ਕੁਰਬਾਨੀਆਂ ਕੀਤੀਆਂ ਪਰ ਚਲਾਕੀ ਦੇ ਨਾਲ ਗੱਭੇ ਵਾਲੇ ਫਿਰ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਖਾਲਸੇ ਜਿਹੇ ਧੋਖੇ ਦਾ ਅੱਜ ਅਸੀਂ ਅਵਜਾਨਾ ਜਿਹੜਾ ਭੁਗਤ ਰਹੇ ਹਾਂ ਤੇ ਜਦੋਂ ਕੌਮ ਜਦੋਂ ਦੇਸ਼ ਆਜ਼ਾਦ ਹੋਣ ਲੱਗਾ ਫਿਰ ਕੀ ਸਾਡੇ ਨਾਲ ਧੋਖਾ ਕੀਤਾ ਕਿਹੜਾ ਧੋਖਾ ਕੀਤਾ ਸਭ ਤੋਂ ਵੱਡਾ ਬਹੁਤ ਵੀਰਾਂ ਨੂੰ ਪਤਾ ਹੈ ਪਰ ਮੈਂ ਰਿਮਾਇੰਡ ਕਰਾਉਣ ਲੱਗਾ ਤੁਹਾਨੂੰ ਚੇਤਾ ਹੀ ਕਰਾਉਣ ਲੱਗਾ ਨਾਨਕ ਚੰਦ ਮਲਹੋਤਰਾ ਹਿੰਦੂ ਪਰਿਸ਼ਦ ਦਾ ਪ੍ਰਧਾਨ ਜਿਹਨੂੰ ਅੱਜ ਆਪਾਂ ਸ਼ਿਵ ਸੈਨਾ ਤੇ ਜਨਸੰਘ ਕਹਿੰਦੇ ਹਾਂ ਨਾ ਇਸ ਸ਼੍ਰੇਣੀ ਦਾ ਪ੍ਰਧਾਨ ਨਾਨਕ ਚੰਦ ਮਲਹੋਤਰਾ ਉਹਦਾ ਹਿੰਦੂ ਪਰਿਸ਼ਦ ਦਾ ਪ੍ਰਧਾਨ ਸੀ ਤੇ ਉਸ ਨੂੰ ਇਹਨਾਂ ਨੇ ਅੰਮ੍ਰਿਤ ਛਕਾ ਕੇ ਇਹਦਾ ਨਾਮ ਮਾਸਟਰ ਤਾਰਾ ਸਿੰਘ ਰੱਖ ਕੇ ਤੇ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਜਦੋਂ ਵਿਰੋਧੀਆਂ ਦਾ ਕੈਪਟਨ ਆਪਣੀ ਟੀਮ 'ਚ ਖੇਡੂਗਾ ਤੇ ਕਿੱਦਾਂ ਟੀਮ ਸਾਡੀ ਜਿੱਤ ਜੂਗੀ ਖਾਲਸਾ ਜੀ ਵਿਰੋਧੀ ਟੀਮ ਦਾ ਕੈਪਟਨ ਸਾਡੀ ਟੀਮ ਦਾ ਕੈਪਟਨ ਬਣ ਜਾਏ ਜਾਂ ਵਿਰੋਧੀਆਂ ਦਾ ਬੰਦਾ ਆ ਕੇ ਸਾਡਾ ਗੋਲਚੀ ਬਣ ਜਾਏ ਕਿੱਦਾਂ ਗੋਲ ਰੋਕ ਦੂਗਾ ਉਹ ਖਾਲਸਾ ਜੀ ਇਹ ਸਾਡੇ ਨਾਲ ਧੋਖਾ ਹੋਇਆ ਤੇ ਹੁਣ ਫੇਰ ਹੋ ਰਿਹਾ ਉਹ ਜੇ ਆਪਾਂ ਖਾ ਲਿਆ ਧੋਖਾ ਤੇ ਗਾਂਹ ਆਪਾਂ ਨਾ ਖਾਈਏ ਆ ਜਿਹੜਾ ਪ੍ਰਚਾਰ ਦਸਮ ਦੀ ਬਾਣੀ ਦੇ ਖਿਲਾਫ ਮਰਜ਼ਾਦਾ ਦੇ ਖਿਲਾਫ ਇਹ ਸਿਰਫ ਇਹੋ ਹੀ ਕੰਮ ਆ ਖਾਲਸਾ ਜੀ ਸਾਨੂੰ ਆਪਸ ਵਿੱਚ ਹੀ ਉਹ ਲੜਾ ਰਹੇ ਆ ਤੇ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਨੁਕਸਾਨ ਸਿੱਖੀ ਦਾ ਹੋ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਆਓ ਆਪਣੇ ਪ੍ਰਸੰਗ ਦੇ ਉੱਤੇ ਦੀਵਾਨ ਚੰਦੂ ਚਲਾਕ ਨੇ ਜਹਾਂਗੀਰ ਬਾਦਸ਼ਾਹ ਦੇ ਕੰਨ ਵਿੱਚ ਫੂਕ ਮਾਰੀ ਕਹਿੰਦਾ ਆਪਣੇ ਦੋਵੇਂ ਦੁਸ਼ਮਣ ਛੇਵੇਂ ਪਾਤਸ਼ਾਹ ਵੀ ਦੁਸ਼ਮਣ ਤੇ ਸ਼ੇਰ ਵੀ ਦੁਸ਼ਮਣ ਇਹਨਾਂ ਨੂੰ ਆਹਮਣੇ ਸਾਹਮਣੇ ਕਰ ਦਿੱਤਾ ਜਾਏ ਪਰ ਜਾਣੀ ਜਾਣ ਸਤਿਗੁਰੂ ਤੇ ਗੁਰੂ ਕੇ ਸਿੱਖ ਕਦੇ ਕੁਰਬਾਨੀ ਤੋਂ ਤੇ ਕਦੇ ਔਖੇ ਸਮੇਂ ਤੋਂ ਘਬਰਾਉਂਦੇ ਨਹੀਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਹੱਥ ਜੋੜ ਕੇ ਇਹਨੇ ਬੇਨਤੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਆ ਲੈਣ ਦੇ ਸ਼ੇਰ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਮਹਾਰਾਜ ਆਉਂਦੇ ਹੋਏ ਸ਼ੇਰ ਵੱਲ ਵਧੇ ਤੇ ਸ਼ੇਰ ਨੇ ਸਤਿਗੁਰਾਂ ਵਾਲੇ ਆ ਕੇ ਸੱਜਾ ਪੰਜਾ ਚੱਕਿਆ ਮੇਰੇ ਸਤਿਗੁਰਾਂ ਨੇ ਦੇ ਪੰਜੇ ਅੱਗੇ ਢਾਲ ਡਾਹੀ ਤੇ 3.5 ਫੁੱਟ ਦੀ ਸ੍ਰੀ ਸਾਹਿਬ ਜੋ ਮੀਰੀ ਤੇ ਪੀਰੀ ਦੀਆਂ 2 ਪਹਿਨੀਆਂ ਸਨ ਉਹ ਕੱਢੀ ਮਿਆਨ ਦੇ ਵਿੱਚੋਂ ਤੇ ਸ਼ੇਰ ਨੇ ਛਾਲ ਮਾਰੀ ਸਤਿਗੁਰਾਂ ਨੇ ਵਾਰ ਕਰਕੇ ਸ਼ੇਰ ਦੇ 2 ਟੋਟੇ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤਾ ਸਾਰਿਆਂ ਦੇ ਦੇਖਦਿਆਂ ਤੜਫ ਤੜਫ ਕੇ ਸ਼ੇਰ ਨੇ ਪ੍ਰਾਣ ਦਿੱਤੇ ਮੇਰੇ ਸਤਿਗੁਰੂ ਬਾਬਾ ਸਾਹਿਬ ਤੇ ਜਹਾਂਗੀਰ ਬਾਦਸ਼ਾਹ ਡਰ ਵੀ ਗਿਆ ਤੇ ਕੰਬ ਵੀ ਗਿਆ ਤੇ ਹੱਥ ਜੋੜ ਕੇ
ਕੀ ਕਹਿਣ ਲੱਗਾ, ਕਿਉਂਕਿ ਇਹ ਬੜੇ ਚਲਾਕ ਵੀ ਹੁੰਦੇ ਨੇ, ਸਮਝ ਗਿਆ। ਕਹਿੰਦਾ ਵੀ ਜਿਹਦੇ ਪਿਤਾ ਨੂੰ ਮੈਂ ਸ਼ਹੀਦ ਕਰਾਇਆ ਤੇ ਦੀਵਾਨ ਚੰਦੂ ਦਾ ਮੁੜਕਾ ਛੁੱਟ ਗਿਆ। ਕਹਿਣ ਲੱਗਾ ਜਿਸ ਗੁਰੂ ਦੇ ਪਿਤਾ ਨੂੰ ਮੈਂ ਤੱਤੀਆਂ ਲਵਾਂ ਤੇ ਦੇਗਾਂ ਵਿੱਚ ਉਬਾਲ ਕੇ ਸ਼ਹੀਦ ਕੀਤਾ, ਇੰਨੀ ਤਾਕਤ ਰੱਖਦਾ ਜਿਹੜਾ ਸ਼ੇਰਾਂ ਦੇ ਟੋਟੇ ਕਰਦਾ, ਸਾਡੇ ਕਿੱਥੇ ਨਾ ਕਰੇਗਾ। ਕੰਬ ਗਿਆ ਤੇ ਉਸ ਵੇਲੇ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਤੁਹਾਡੇ ਪਿਤਾ ਜੀ ਨੂੰ ਸਾਡੇ ਕਾਜ਼ੀਆਂ ਨੇ 2.5 ਲੱਖ ਰੁਪਈਆ ਜੁਰਮਾਨਾ ਕੀਤਾ ਸੀ ਲਾਹੌਰ ਦੀ ਕਚਹਿਰੀ ਵਿੱਚ। ਉਹੀ ਜਿਹੜਾ ਆਪਾਂ ਕੱਲ੍ਹ ਵਿਚਾਰਿਆ ਸੀ ਵੀ ਜਿਹੜੀ 84 ਪਿੰਡਾਂ ਦੀ ਜਾਇਦਾਦ ਬੀਬੀ ਭਾਨੀ ਦੇ ਨਾਮ ਪਟਾ ਲਿਖਾ ਕੇ ਗਿਆ ਸੀ ਤੇ ਉਹਤੋਂ ਮੁੱਕਰ ਕੇ ਉਹ ਜਿਹੜਾ ਮਾਮਲਾ ਗੁਰੂ ਘਰ ਨੂੰ ਆਉਂਦਾ ਸੀ ਉਹਤੋਂ ਮੁੱਕਰ ਕੇ ਉਹਨੂੰ ਜੁਰਮਾਨਾ ਬਣਾ ਦਿੱਤਾ ਤੇ ਮੇਰੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜੁਰਮਾਨੇ ਦੇ ਰੂਪ ਵਿੱਚ ਗੁਰੂ ਕੇ ਸਿੱਖਾਂ ਦੀ ਆਈ ਹੋਈ ਗੁਰੂ ਘਰ ਨੂੰ ਮਾਇਆ, ਇੱਕ ਪੈਸਾ ਵੀ ਜਿਹੜਾ ਹੈ ਉਹ ਤੁਹਾਡੇ ਖਜ਼ਾਨੇ 'ਚ ਨਹੀਂ ਪਾਇਆ ਜਾਵੇਗਾ, ਕਸ਼ਟ ਜਿੰਨੇ ਵੀ ਤੁਸੀਂ ਦਿਓਗੇ ਅਸੀਂ ਚੱਲਣ ਨੂੰ ਤਿਆਰ, ਕੋਈ ਗੱਲ ਨਹੀਂ। ਸੋ ਉਹ ਕਹਿੰਦਾ ਮਹਾਰਾਜ ਉਹ ਕਾਗਜ਼ੀ ਕੀਤਾ ਹੋਇਆ ਲਿਆ ਨਹੀਂ, ਉਹ ਅਸੀਂ ਮਾਫ ਕਰਦੇ ਹਾਂ, ਹੋਰ ਜੋ ਤੁਸੀਂ ਕਹੋਗੇ ਉਹ ਤੁਹਾਨੂੰ ਦਿੱਤਾ ਜਾਏਗਾ। ਮੇਰੇ ਸਤਿਗੁਰੂ ਜਿਸ ਕਾਰਜ ਵਾਸਤੇ ਗਏ ਸਨ ਸਤਿਗੁਰਾਂ ਦਾ ਤੇ ਉਧਰ ਵੱਲ ਧਿਆਨ ਸੀ, ਕਹਿਣ ਲੱਗੇ ਕੋਈ ਗੱਲ ਨਹੀਂ ਬਾਦਸ਼ਾਹ ਤੁਸੀਂ ਆਪਣੀ ਚਾਲੇ ਚੱਲੀ ਜਾਓ, ਸਿੱਖੀ ਆਪਣੀ ਚਾਲੇ ਤੁਰੀ ਜਾਏਗੀ, ਸਮਾਂ ਆਉਣ ਦੇ ਉੱਤੇ ਪਤਾ ਲੱਗ ਜਾਏ ਕੌਣ ਗਲਤ ਹੈ ਤੇ ਕੌਣ ਸਹੀ ਹੈ। ਸਤਿਗੁਰੂ ਆਪਣੇ ਆਸਣ ਤੇ ਆਏ, ਬਾਦਸ਼ਾਹ ਰਾਤ ਨੂੰ ਸੁੱਤਾ ਤੇ ਇਹਨੂੰ ਡਿਪਰੈਸ਼ਨ ਹੋ ਗਿਆ। ਕਈ ਵਾਰੀ ਸਾਹਮਣੇ ਵਾਲਾ ਜਿਹੜਾ ਘੁਲਣ ਵਾਲਾ ਹੋਵੇ ਜਾਂ ਚੰਗੀ ਟੀਮ ਹੋਵੇ ਜਦੋਂ ਉਹਦੇ ਨਾਲ ਮੈਚ ਪੈ ਜਾਏ ਤੇ ਪਲੇਅਰਾਂ ਨੂੰ ਕਈ ਵਾਰੀ ਘਬਰਾ ਜਾਂਦੇ ਹਨ ਤੇ ਖੇਡਣਾ ਬੜਾ ਔਖਾ ਹੋ ਜਾਂਦਾ ਹੈ। ਹੁਣ ਬਾਦਸ਼ਾਹ ਤੇ ਦੀਵਾਨ ਚੰਦੂ ਦੋਨੋਂ ਹੀ ਕੰਬ ਗਏ, ਕਹਿੰਦੇ ਐਸ ਗੁਰੂ ਨਾਲ ਸਾਡਾ ਜੇ ਮੱਥਾ ਲੱਗ ਗਿਆ ਤੇ ਕਿੱਥੋਂ ਬਚਾਅ ਹੋਵੇਗਾ। ਬਾਦਸ਼ਾਹ ਰਾਤ ਨੂੰ ਸੁੱਤਾ, ਇਹਨੂੰ ਰਾਤ ਨੂੰ ਡਿਪਰੈਸ਼ਨ ਦੇ ਨਾਲ ਚਿੰਤਾ ਦੇ ਨਾਲ ਬੁਖਾਰ ਚੜ ਗਿਆ। ਸਵੇਰ ਨੂੰ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਵਾਸਤੇ ਦੀਵਾਨ ਚੰਦੂ ਆਇਆ ਤੇ ਕਹਿਣ ਲੱਗਾ ਜੀ ਮੈਨੂੰ ਪਤਾ ਨਹੀਂ ਵੀ ਰਾਤੀ ਨੀਂਦ ਨਹੀਂ ਆਈ ਤੇ ਉਹ ਸ਼ੇਰ ਦੇ ਟੁਕੜੇ ਟੋਟੇ ਤੜਫਦੇ ਦਿਖਦੇ ਰਹੇ ਨੇ ਤੇ ਪਤਾ ਨਹੀਂ ਵੀ ਬਿਮਾਰ ਹੋ ਗਿਆ, ਮੈਨੂੰ ਬੁਖਾਰ ਹੋ ਗਿਆ। ਤੇ ਇਹ ਦੀਵਾਨ ਚੰਦੂ ਨੇ ਆਖਿਆ ਵੀ ਸ਼ੇਰ ਤੋਂ ਤੇ ਸਤਿਗੁਰੂ ਬਚ ਗਏ ਨੇ, ਹੁਣ ਹੋਰ ਆਪਾਂ ਕੋਈ ਨਾ ਕੋਈ ਕੱਢ ਲੈਂਦੇ ਤਰੀਕਾ। ਇਹ ਕਹਿਣ ਲੱਗਾ ਬਾਦਸ਼ਾਹ ਪਤਾ ਨਹੀਂ ਕਿਹੋ ਜਿਹਾ ਰੋਗ ਹੋਣਾ, ਤੁਹਾਨੂੰ ਆਪਣੇ ਸਰੀਰ ਦਾ ਜੋਤਿਸ਼ ਲਵਾਉਣਾ ਚਾਹੀਦਾ ਜ਼ਿੰਦਗੀ ਦਾ, ਕਿਤੇ ਐਸੀ ਕੋਈ ਬਾਹਰਲੀ ਬਲਾ ਨਾ ਹੋਵੇ। ਉਹ ਡਰ ਗਿਆ, ਕਹਿਣ ਲੱਗਾ ਜੀ ਕਰੋ। ਤੇ ਉਸ ਵੇਲੇ ਦੀਵਾਨ ਚੰਦੂ ਜੋਤਸ਼ੀ ਦੇ ਘਰ ਪਹੁੰਚਦਾ 500 ਦੀ ਥੈਲੀ ਲੈ ਕੇ, ਜਿਵੇਂ ਅੱਜ ਜਿਹੜੇ ਰਾਜਨੀਤਿਕ ਲੋਕ ਨੇ ਸਿੱਖੀ ਦਾ ਮਖੌਲ ਉਠਾਉਣ ਵਾਸਤੇ ਸਿੱਖਾਂ ਦਾ ਵਿਰੁੱਧ ਪ੍ਰਚਾਰ ਕਰਨ ਵਾਸਤੇ ਟੈਲੀਵਿਜ਼ਨ ਵਾਲਿਆਂ ਨੂੰ, ਅਖਬਾਰਾਂ ਵਾਲਿਆਂ ਨੂੰ, ਹੋਰ ਰੇਡੀਓ ਤੇ ਮੀਡੀਆ ਵਾਲਿਆਂ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਖਰਚ ਕਰਕੇ ਤੇ ਐਸੀਆਂ ਗੱਲਾਂ ਤੋਹਮਤਾਂ ਸਿੱਖਾਂ ਉੱਤੇ ਤੇ ਸਿੱਖੀ ਉੱਤੇ ਲਾਉਂਦੇ ਹਨ ਜਿਨ੍ਹਾਂ ਦੇ ਨਾਲ ਬਹੁਤ ਸਿੱਖੀ ਦਾ ਨੁਕਸਾਨ ਹੁੰਦਾ ਹੈ। ਪਰ ਅਕਾਲ ਪੁਰਖ ਦੀ ਸਿੱਖੀ ਹੈ, ਇਹ ਖਤਮ ਤੇ ਹੋਣੀ ਨਹੀਂ, ਜਾਂ ਯਤਨ ਜਿਹੜੇ ਨੇ ਉਹ ਜ਼ਰੂਰ ਕਰਦੇ ਨੇ। ਇਸ ਨੇ 500 ਦੀ ਥੈਲੀ ਉਸ ਪੰਡਿਤ ਨੂੰ ਜੋਤਸ਼ੀ ਨੂੰ ਦੇ ਕੇ ਤੇ ਗੱਲ ਸਮਝਾਈ, ਕਹਿੰਦਾ ਲੈ ਉਹ ਮਿੱਤਰਾ ਆਹ 500 ਨਗਦ, ਬਾਕੀ ਜਿੰਨੇ ਕਹਿ ਫੇਰ ਦੇਵਾਂਗਾ। ਤੇ ਕੰਮ ਕੀ ਹੈ? ਉਹ ਕਹਿਣ ਲੱਗਾ ਜੀ ਜਨਾਬ ਕੰਮ ਦੱਸੋ। ਕੰਮ ਕਰ ਦਾਂਗੇ ਜਦੋਂ ਜਿਹੜਾ ਵਿਚਾਰਾ ਸਰੋਂ ਦੇ ਤੇਲ ਤੇ ਦਾਣਿਆਂ ਦੀ ਕੌਲੀ ਉੱਤੇ ਲੋਕਾਂ ਦੇ ਹੱਥ ਦੇਖਣ ਵਾਲਾ, ਜਦੋਂ ਉਹਨੂੰ 500 ਰੁਪਈਆ ਦੇ ਹੋਰ ਦੇਣ ਵਾਸਤੇ ਵਾਅਦਾ ਕਰ ਲਿਆ ਤੇ ਉਹਨੂੰ ਤੇ ਚਾਹ ਚੜ ਗਿਆ, ਹੋਸ਼ ਹੀ ਭੁੱਲ ਗਈ ਉਹਦੀ। ਕਹਿੰਦਾ ਜੀ ਕੰਮ ਦੱਸੋ ਕੰਮ। ਕਹਿੰਦਾ ਇਹ ਬਾਦਸ਼ਾਹ ਨੂੰ ਪਾਉਣਾ ਵਹਿਮ ਤੇ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਭੇਜਣਾ ਹੈ ਜੇਲ੍ਹ ਅੰਦਰ ਕਿਸੇ ਬਹਾਨੇ ਦੇ ਨਾਲ, ਬਾਕੀ ਕੰਮ ਕਹਿੰਦਾ ਮੈਂ ਕਰ ਲੂੰਗਾ। ਉਹ ਜਾ ਕੇ ਪੰਡਿਤ ਜੋਤਸ਼ੀ ਦੇ ਕੋਲ, ਦੋਵੇਂ ਚੋਰ ਜਿਵੇਂ ਸੌਦਾ ਕਰਦੇ ਨੇ ਸਵੇਰ ਦਾ ਵਾਤਾਵਰਨ, ਹੇ ਐਂ ਬੇਨਤੀ ਕੀਤੀ ਜਾ ਰਹੀ, ਇਹ ਜੀ ਜਿੰਨੇ ਕਹੇ ਤੈਨੂੰ ਉਹ ਮੰਗੇ ਦਾਮ ਦਿਆ, ਨਾਲੇ ਬਾਦਸ਼ਾਹ ਦੇ ਕਾਰ ਚੋ ਇਨਾਮ ਦਿਆ, ਜਿੰਨੇ ਕਹੇ ਤੈਨੂੰ ਸ਼ਾਹ ਦੇ ਘਰ ਕਾਮ ਦਿਆ, ਸਾਡੇ ਸਾਧੀਆਂ ਦੇ
ਭੂਤ ਸ਼ਰਾ ਦੇ ਮੁਲਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ ਜੋਤਸ਼ੀ ਸੁਣਾਵਾਂ ਗੱਲਾਂ ਸੱਚੀਆਂ ਸਾਡੇ ਜੋਤਸ਼ ਲਗੀਆਂ ਕੱਚੀਆਂ ਲੱਖਾਂ ਖੁਸ਼ੀਆਂ ਸਾਰੇ ਮੋਰੇ ਨੱਚੀਆਂ ਕੰਮ ਕਰੀਏ ਜਿਨ੍ਹਾਂ ਨੂੰ ਦੁਨੀਆਂ ਵੀ ਗਾਉਂਦੀ ਰਹੇ ਆਪਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ ਰੱਬ ਵੇਖਿਆ ਨੀ ਦੁਨੀਆਂ ਹੈ ਚਾਲਾਂ ਦੀ ਰਾਜਖੀ ਨੀਤੀ ਖੇਡਣੀ ਨੀ ਖੇਡ ਬਾਲਾਂ ਦੀ ਉੱਚੇ ਚਲੇ ਜਾਂਦੇ ਜਿੰਨਾ ਵਕਤ ਪਛਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ ਸਾਰੀ ਦੁਨੀਆਂ ਦੇ ਲੋਕ ਸਾਨੂੰ ਜਾਣਦੇ ਸਾਰੀ ਦੁਨੀਆਂ ਦੇ ਲੋਕ ਸਾਨੂੰ ਜਾਣਦੇ ਅਸੀਂ ਪੱਤਰਾਂ ਤੋਂ ਰਹੀਏ ਮੋਤੀ ਛਾਣਦੇ ਮਟਾਉਣੀ ਐ ਜੇ ਨਾ ਹਰ ਥਾਂ ਤੇ ਮਾਕੁਰਾਂ ਦਾ ਜਾਲ ਤਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ ਐਸਾ ਬਾਦਸ਼ਾਹ ਨੂੰ ਭਰਮ ਪਵਾ ਦਿਆ ਉਹਦੀ ਗੁਰੂ ਨਾਲ ਟੱਕਰ ਲਵਾ ਦਿਆ ਗਾਵੀ ਸਾਧ ਲਾਵਾਂ ਖੁਸ਼ੀਆਂ ਨਸਾ ਲਿਆ ਭਾਵੇਂ ਦੁਨੀਆਂ ਮਰੇ ਨੂੰ ਪਿੱਛੋਂ ਮਾਰ ਆਉਂਦੀ ਰੇ ਆਪਾਂ ਦੋਸਤੀ ਨਿਭਾਉਣੀ ਭਾਵ੾ਂ ਜਿੰਦ ਜਾਂਦੀ ਰਹੇ ਨੇਕੀ ਕਾਰਨੋਂ ਹਟੀ ਨਾ ਧਾਰਮੀ ਕੁਰਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ ਨੇਕੀ ਕਾਰਨੋਂ ਹਟੀ ਨਾ ਧਾਰਮੀ ਕੁਰਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ ਦੇ ਖਿਲਾਫ ਇਕੱਠੇ ਹੋ ਕੇ ਸੌਦਾਬਾਜ਼ੀ ਹੋ ਗਈ ਤੇ ਬਾਦਸ਼ਾਹ ਦੇ ਕੋਲ ਜੋਤਸ਼ੀ ਜਿਹੜਾ ਸੀ ਮਨ ਦੀ ਵਿਉਂਤਬੰਦੀ ਬਣਾ ਕੇ ਜਾ ਹਰੀ ਓਮ ਜੈ ਸ਼ੰਕਰ ਦੇ ਨਾਰੇ ਮਾਰਦਾ ਹੋਇਆ ਬਾਦਸ਼ਾਹ ਦੇ ਘਰ ਪਹੁੰਚ ਗਈ। ਬਾਦਸ਼ਾਹ ਨੇ ਆਪਣਾ ਹੱਥ ਦਿਖਾ ਲਿਆ ਤੇ ਹੱਥ ਦੇਖਦਿਆਂ ਸਾਰ ਇਸ ਨਜੂਮੀ ਜੋਤਸ਼ੀ ਨੇ ਜਿਹੜਾ ਕਦੇ ਅੱਗੇ ਨੂੰ ਸੁਣਿਆ ਹੀ ਨਹੀਂ ਉਹ ਕਹਿਣ ਲੱਗਾ ਬਾਦਸ਼ਾਹ ਤੁਹਾਡੇ ਤੇ ਸਾੜ ਸਤੀ ਆਈ। ਕਹਿੰਦਾ ਇਹ ਕਿਹੜੀ ਨਵੀਂ ਬਲਾ ਬਈ, ਹੁਣ ਐਸੇ ਐਸੇ ਰੋਗ ਨੇ ਖਾਲਸਾ ਜੀ, ਸਤਿਗੁਰੂ ਕਿਰਪਾ ਕਰੇ ਕਿਸੇ ਵੀ ਪਰਿਵਾਰ ਦੇ ਉੱਤੇ ਐਸੀ ਬਿਪਤਾ ਨਾ ਬਣੇ।
ਪਰ ਜਿਹੜੇ ਅਸਾਧ ਰੋਗ ਜਿਹਨਾਂ ਦਾ ਇਲਾਜ ਨਹੀਂ ਜੇ ਕੋਈ ਉਹ ਡਾਕਟਰ ਦੱਸ ਦੇਵੇ ਤੇ ਬਹੁਤ ਖਤਰਾ ਬਣ ਜਾਂਦਾ ਹੈ, ਹੌਸਲਾ ਡਿੱਗ ਜਾਂਦਾ ਹੈ। ਇਸ ਵਾਸਤੇ ਜਹਾਂਗੀਰ ਨੇ ਜਦੋਂ ਸਾੜ ਸਤੀ ਸੁਣੀ, ਕਹਿਣ ਲੱਗਾ ਉਹ ਕੀ ਹੁੰਦੀ ਹੈ? ਕਹਿੰਦਾ ਹੋ ਸਕਦਾ ਤੇਰੀ ਕਿਸੇ ਪਾਸੇ ਹਾਰ ਹੋ ਜਾਏ, ਫੌਜਾਂ ਮਾਰੀਆਂ ਜਾਣ, ਤਨ ਬਰਬਾਦ ਹੋ ਜਾਏ, ਇਲਾਕਾ ਤੇਰਾ ਛੁੱਟ ਜਾਏ। ਕਹਿੰਦਾ ਹੋਰ, ਜਦੋਂ ਦੇਖਿਆ ਵੀ ਬਾਦਸ਼ਾਹ ਨਾ ਤੇ ਫੌਜਾਂ ਦਾ ਫਿਕਰ ਕਰਦਾ ਹੈ, ਨਾ ਇਲਾਕੇ ਦਾ ਫਿਕਰ ਕਰਦਾ ਹੈ, ਇਹ ਤੇ ਡਰਦਾ ਨਹੀਂ। ਕਹਿੰਦਾ ਵੀ ਹੋ ਸਕਦਾ ਜਾਂਦੀ ਜਾਂਦੀ ਤੁਹਾਡੇ ਪਰਿਵਾਰ ਦਾ ਕੋਈ ਜੀ ਲੈ ਜਾਏ, ਗੱਜ ਕੇ ਆਖੋ ਸਤਨਾਮ। ਤੇ ਜਦੋਂ ਹੁਣ ਜੀ ਦੀ ਗੱਲ ਕੀਤੀ ਖਾਲਸਾ ਜੀ, ਉਸ ਵੇਲੇ ਫਿਰ ਬਾਦਸ਼ਾਹ ਦੇ ਘੁੰਮ ਗਿਆ ਚੱਕਰ, ਕਹਿਣ ਲੱਗਾ ਸਾਰੇ ਟੱਬਰ ਚੋਂ ਬਿਮਾਰ ਮੈਂ ਆ, ਨੰਬਰ ਮੇਰਾ ਪਹਿਲਾਂ ਲੱਗਣਾ। ਕਹਿੰਦਾ ਹੁਣ ਇਲਾਜ ਦੱਸ ਛੇਤੀ, ਜੇ ਕੋਈ ਹੈਗਾ ਕਹਿੰਦਾ ਬਿਮਾਰੀ ਦੱਸਤੀ ਇਲਾਜ ਦੱਸ। ਉਸ ਵੇਲੇ ਕਹਿਣ ਲੱਗਾ ਜੀ ਇਲਾਜ ਹੈਗਾ, ਜ਼ਬਾਨ ਛੋਟੀ ਆ ਤੇ ਗੱਲ ਵੱਡੀ ਆ। ਕਹਿੰਦਾ ਕੀ? ਕਹਿੰਦਾ ਸਤਿਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ, ਮੀਰੀ ਪੀਰੀ ਦੇ ਮਾਲਕ, ਜੋਧੇ ਸੂਰਮੇ ਸ਼ਸਤਰ ਧਾਰੀ ਗੁਰੂ, ਜੇ ਉਹ ਤੇਰੇ ਵਾਸਤੇ 40 ਦਿਨ ਭਜਨ ਬੰਦਗੀ ਗਵਾਲੀਅਰ ਦੇ ਕਿਲ੍ਹੇ ਅੰਦਰ ਇਕਾਂਤ ਥਾਂ ਦੇ ਉੱਤੇ ਜਾ ਕੇ ਕਰਨ, ਇਹ ਸਾੜ ਸਤੀ ਟਲ ਸਕਦੀ ਹੈ, ਕਿਉਂਕਿ ਉਹਨਾਂ ਦੇ ਕੋਲੋਂ ਸਭ ਜਿੰਨ ਭੂਤ ਸਭ ਬਲਾਵਾਂ ਜਿਹੜੀਆਂ ਨੇ ਛੇਵੇਂ ਪਾਤਸ਼ਾਹ ਤੋਂ ਡਰਦੀਆਂ ਨੇ, ਤੇ ਡਰਦੀਆਂ ਹੈਗੀਆਂ ਵੀ ਸੀ, ਕਿਉਂਕਿ ਜਿਹਦੇ ਜਿਮ ਚੰਦੂ ਵਰਗੇ ਤੇ ਜਹਾਂਗੀਰ ਵਰਗੇ ਖੁਦ ਡਰਦੇ ਨੇ, ਤੇ ਇਹ ਬਲਾਵਾਂ ਵੀ ਡਰਨੀਆਂ ਸੀ। ਬੋਲਦਾ ਸੱਚ, ਪਰ ਸੱਚ ਕਾਹਦੇ ਵਾਸਤੇ ਬੋਲਦਾ? ਗੁਰੂ ਦਾ ਨੁਕਸਾਨ ਕਰਨ ਵਾਸਤੇ। ਖਾਲਸਾ ਜੀ, ਅੱਜ ਵੀ ਐਸੇ ਲੋਕ ਨੇ, ਇਹ ਅਸੀਂ ਸੱਚ ਬੋਲਦੇ ਹਾਂ ਜੀ, ਅਸੀਂ ਖਾਲਿਸਤਾਨ ਵਾਸਤੇ ਆਹ ਕਰਦੇ ਹਾਂ, ਅਸੀਂ ਆਹ ਕਰਦੇ ਹਾਂ। ਉਹ ਖਾਲਸਾ ਜੀ, ਖਾਲਿਸਤਾਨ ਦਾ ਨੁਕਸਾਨ ਕਰਨ ਲਈ ਬਹੁਤ ਬੰਦੇ ਖਾਲਿਸਤਾਨ ਖਾਲਿਸਤਾਨ ਕਹਿ ਕੇ ਉਹ ਸੱਚ ਬੋਲਦੇ ਨੇ। ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ, ਕਈਆਂ ਦਾ ਖੁਲਾਸਾ ਕਰਨਾ ਆਪਣੇ ਵਾਸਤੇ ਜੇ ਬਾਹਲਾ ਵਧੀਆ ਨਹੀਂ, ਪਰ ਇੰਨੀ ਕੁ ਗੱਲ ਜ਼ਰੂਰ ਹੈ, ਖਾਲਿਸਤਾਨ ਦੀ ਵਿਰੋਧੀ ਹਿੰਦੁਸਤਾਨ ਦੀ ਸਰਕਾਰ ਹੈ, ਖਾਲਿਸਤਾਨ ਦਾ ਵਿਰੋਧ ਕਰਦੀ। ਅਤੇ ਖਾਲਿਸਤਾਨ ਲੈਣ ਵਾਸਤੇ ਹਰਿਮੰਦਰ ਸਾਹਿਬ ਵਿੱਚ 1984 ਵਿੱਚ ਹੋਏ ਹੋਏ ਸ਼ਹੀਦਾਂ ਦੀ ਇਹ ਮੰਗ ਹੈ, ਅਤੇ ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਬਚਨ ਕਹੇ ਨੇ ਕਿ ਜਿਸ ਦਿਨ ਹਿੰਦੁਸਤਾਨ ਦੀ ਸਰਕਾਰ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਪੈਰ ਪਾਵੇਗੀ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹ ਨੀਂਹ ਗਈ ਆ ਰੱਖੀ, ਉਹਦੇ ਉੱਤੇ ਕੰਮ ਕੀਤਾ ਤੁਹਾਡੀਆਂ ਭੈਣਾਂ, ਤੁਹਾਡੇ ਭਰਾਵਾਂ, ਮਾਤਾਵਾਂ, ਬਜ਼ੁਰਗਾਂ ਨੇ ਕਸ਼ਟ ਸਹਾਰ ਕੇ ਤੇ ਆਪਣਾ ਖੂਨ ਡੋਲ ਕੇ, ਖਾਲਸਾ ਜੀ ਉਹ ਖਾਲਿਸਤਾਨ ਬਣਨਾ ਹੀ ਬਣਨਾ ਹੈ। ਪਰ ਉਹ ਬਣਨ ਤੋਂ ਪਹਿਲਾਂ ਆਹ ਸਾਡੇ ਭਰਾ ਜਿਹੜੇ ਬੁਰੇ ਬਣ ਰਹੇ ਆ ਨਾ, ਵੀ ਖਾਲਿਸਤਾਨ ਨਹੀਂ ਬਣਨਾ ਚਾਹੀਦਾ, ਇਹਨੂੰ ਇੱਦਾਂ ਕਰ ਲਓ ਜੀ, ਵੋਟਾਂ ਨਾਲ ਕਰ ਲਓ। ਆ ਵੋਟਾਂ ਵੋਟਾਂ ਦਾ ਜਿਹੜਾ ਬੰਦੋਬਸਤ ਹੈ ਸਿਰਫ ਖਾਲਿਸਤਾਨੀਆਂ ਦੀ ਬੇਇੱਜ਼ਤੀ ਕਰਾਉਣ ਵਾਸਤੇ ਹੈ। ਖਾਲਿਸਤਾਨ ਬਣਨਾ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ, ਏ ਆ ਖਾਲਿਸਤਾਨ ਹੀ ਬਣਨ ਲੱਗਾ। ਛੇਵੇਂ ਪਾਤਸ਼ਾਹ ਮਹਾਰਾਜ ਅਕਾਲ ਤਖ਼ਤ ਸਾਹਿਬ ਤੋਂ ਗਏ ਨੇ, ਕਿਉਂਕਿ ਪਾਪ ਕਰਨ ਵਾਲੇ ਪਾਪੀ ਨੂੰ ਬਸਾਉਣਾ। ਖਾਲਸਾ ਜੀ, ਜਿੱਦਣ ਖਾਲਿਸਤਾਨ ਬਣ ਗਿਆ, ਫਿਰ ਦਿੱਲੀ ਦੇ ਤਖ਼ਤ ਤੋਂ ਸਾਨੂੰ ਇਹ ਮੰਗ ਨਹੀਂ ਕਰਨੀ ਪੈਣੀ ਵੀ ਇਹਨਾਂ ਨੂੰ ਸਜ਼ਾ ਦਿਓ, ਦਿੱਲੀ ਦੇ ਘੱਲੂਘਾਰੇ ਦੇ ਕਾਤਲਾਂ ਨੂੰ ਨਹੀਂ, ਫਿਰ ਸਰਕਾਰਾਂ ਨੇ ਆਪੇ ਫੜਾਉਣੇ ਨੇ ਆਪੇ। ਜਿੱਦਣ ਖਾਲਿਸਤਾਨ ਤੁਹਾਡਾ ਬਣ ਗਿਆ, ਉੱਦਾਂ ਨਹੀਂ ਇਹਨਾਂ ਨੂੰ ਮਿਲਣੇ, ਕਿਉਂਕਿ ਜਿਹੜੇ ਲੋਕ ਉਹਨਾਂ ਨੂੰ ਹੁਕਮ ਦੇਣ ਵਾਲੇ ਨੇ ਉਹਨਾਂ ਕੋਲ ਹੀ ਸਾਡੀਆਂ ਅਰਜ਼ੀਆਂ ਜਾਂਦੀਆਂ ਨੇ, ਉਹਨਾਂ ਦੇ ਜੱਜ ਨੇ, ਉਹਨਾਂ ਦੇ ਸਿਪਾਹੀ ਨੇ, ਕੀ ਸਾਨੂੰ ਇਨਸਾਫ਼ ਦੇਣਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰ, ਅਰਦਾਸ ਕਰੋ ਕਿ ਖਾਲਿਸਤਾਨ ਛੇਤੀ ਬਣ ਜਾਏ, ਤੇ ਬਣਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦੇਣਾ ਹੈ। ਜਿਹੜੇ ਅੰਗਰੇਜ਼ ਦੇ ਹਮਾਇਤੀ ਸਨ, ਉਹ ਲੋਕ ਉਸ ਵੇਲੇ ਆਜ਼ਾਦੀ ਘੁਲਾਟੀਆਂ ਨੂੰ ਇਹ ਕਹਿੰਦੇ ਸਨ, ਉਹ ਕਿਹਨਾਂ ਨਾਲ ਮੱਥਾ ਲਾ ਲਿਆ, ਜਿਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਇਹਨਾਂ ਨੂੰ ਕੱਢਣਾ ਬਹੁਤ ਔਖਾ ਹੈ। ਪਰ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹਨਾਂ ਦੇ ਰਾਜ ਵਿੱਚ ਸੂਰਜ ਛਿਪਦਾ ਨਹੀਂ ਸੀ, ਇੰਗਲੈਂਡ ਚੋਂ ਅਸੀਂ ਆਏ, ਉਹਨਾਂ ਦੇ ਰਾਜ ਵਿੱਚ ਕਈ ਕਈ ਦਿਨ ਚੜ੍ਹਦਾ ਹੀ ਨਹੀਂ, ਗੱਜ ਕੇ ਆਖੋ ਸਤਨਾਮ।
ਇੰਨੇ ਛੋਟੇ ਦਿਨ ਹੁੰਦੇ ਬੱਦਲ ਹੀ ਰਹਿੰਦਾ, ਕਈ ਕਈ ਦਿਨ ਸੂਰਜ ਨੂੰ ਚੜ੍ਹਦਾ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਉਹ ਜਿਹੜੇ ਦਿੱਲੀ ਦੇ ਤਖ਼ਤ ਦਾ ਮਾਣ ਕਰਦੇ ਆ, ਖਾਲਸੇ ਦਾ ਰਾਜ ਆ ਜਾਣਾ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਕਦੀ ਸੋਚ ਨਹੀਂ ਸਕਦਾ ਦੀਵਾਨ ਚੰਦੂ ਵੀ ਆਹ ਦਿਨ ਆ ਜਾਣਗੇ। ਹਰ ਕੋਸ਼ਿਸ਼ ਸ਼ੇਰ ਤੋਂ ਸਤਿਗੁਰਾਂ ਨੂੰ ਖਤਮ ਕਰਾਉਣ ਲਈ ਕੋਸ਼ਿਸ਼ ਫੇਲ ਹੋ ਗਈ। ਹੁਣ ਨਜੂਮੀ ਨੇ ਸਾਰਸਤੀ ਕਹਿਤੀ, ਕਹਿੰਦਾ ਰਾਜ, ਛੇਵੇਂ ਪਾਤਸ਼ਾਹ ਕਹਿੰਦਾ ਗਵਾਲੀਅਰ ਤੁਹਾਡੇ ਲਈ ਭਜਨ ਬੰਦਗੀ ਕਰਨੇ ਨੇ। ਸਤਿਗੁਰਾਂ ਨੂੰ ਬੇਨਤੀ ਕਰਕੇ ਸੱਦ ਲਿਆ, ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਆਏ ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਦਸ਼ਾਹ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੇਰੇ ਤੇ ਸਾਰਸਤੀ ਆਈ ਹੈ। ਸਤਿਗੁਰੂ ਕਹਿਣ ਲੱਗੇ ਹਾਂਜੀ, ਫਿਰ ਕੀ ਹੁਕਮ ਹੈ? ਇਹ ਕਹਿਣ ਲੱਗਾ ਜੀ ਮਹਾਰਾਜ ਬੇਨਤੀ ਹੈ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਦੀ ਦੇ ਵਾਰਸ ਹੋ, ਸਾਡੇ ਲਈ ਜੇ ਤੁਸੀਂ ਅਰਦਾਸ ਬੇਨਤੀ ਭਜਨ ਬੰਦਗੀ ਗਵਾਲੀਅਰ ਦੇ ਕਿਲੇ ਦੇ ਅੰਦਰ ਜਾ ਕੇ ਤੁਸੀਂ ਭਗਤੀ ਕਰੋ। ਤੇ ਕਾਰਨ ਕਿਉਂ ਬਣ ਲੱਗਾ? ਕਿਉਂਕਿ ਗਵਾਲੀਅਰ ਦੇ 22 ਧਾਰ ਦੇ 52 ਰਾਜੇ ਜਿਹੜੇ ਸਨ, ਉਹ ਹੱਥ ਜੋੜ ਜੋੜ ਕੇ ਬੇਨਤੀਆਂ ਕਰਦੇ ਸੀ, ਅਰਦਾਸਾਂ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਦੇ ਘਰ, ਜੇ ਤੁਸੀਂ ਸਾਡੀ ਬੰਦ ਖਲਾਸੀ ਕਰਾ ਸਕਦੇ ਹੋ, ਕਰਾ ਸਕਦੇ ਹੋ, ਦੁਨੀਆਂ ਦੀ ਕੋਈ ਤਾਕਤ ਨਹੀਂ ਸਾਨੂੰ ਇਸ ਕਿਲੇ ਦੇ ਅੰਦਰੋਂ ਬਾਹਰ ਪੈਰ ਕੱਢਣ ਦਾ ਹੁਕਮ ਹੋ ਜਾਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਵੀ ਅਰਦਾਸਾਂ ਸਤਿਗੁਰਾਂ ਦੇ ਦਰ ਦੇ ਉੱਤੇ ਨੇ ਤੇ ਬਹਾਨਾ ਬਣ ਗਿਆ। ਸਤਿਗੁਰੂ ਕਹਿਣ ਲੱਗੇ ਬਾਦਸ਼ਾਹ ਸਾੜ ਸਤੀ ਦਾ ਫਿਕਰ ਨਾ ਕਰੀ, ਅਸੀਂ ਤੇਰੀ ਬੇਨਤੀ ਮੰਨ ਕੇ ਜ਼ਰੂਰ ਉੱਥੇ ਜਾਂਦੇ ਹਾਂ, ਪਰ ਸਾੜ ਸਤੀ ਤੇਰੇ ਤੇ ਨਹੀਂ ਆਈ, ਜੇ ਤੇ ਆਈ ਆ ਕਹਿੰਦੇ ਉਹਦੇ ਉੱਤੇ ਪੈ ਜਾਣੀ ਆ, ਪਰ ਅਸੀਂ ਚਲੇ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ, ਹਰੀਦਾਸ ਦਰੋਗੇ ਨੇ ਉਸ ਵੇਲੇ ਸੇਵਾ ਆਰੰਭ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰਾਜਿਆਂ ਨੂੰ ਦਰਸ਼ਨ ਦਿੱਤੇ, ਭਜਨ ਤੇ ਕੀਰਤਨ ਉੱਥੇ ਹੋਣ ਲੱਗਾ, ਸਤਿਗੁਰਾਂ ਦਾ ਉਪਦੇਸ਼ ਉੱਥੇ ਰਾਜਿਆਂ ਨੂੰ ਮਿਲਣ ਲੱਗਾ। ਰਾਜੇ ਖੁਸ਼ੀ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ਼ ਦੀਵਾਨ ਚੰਦੂ ਨੇ ਇਹਨਾਂ ਦਿਨਾਂ ਦੇ ਵਿੱਚ ਹਰੀਦਾਸ ਦਰੋਗਾ ਜਿਹੜਾ ਜੇਲ੍ਹ ਦਾ ਇੰਚਾਰਜ ਸੀ ਉਸ ਨੂੰ ਚਿੱਠੀ ਲਿਖੀ, ਕਹਿਣ ਲੱਗਾ ਇਹਨਾਂ ਦੇ ਪਿਤਾ ਨੇ ਮੇਰੀ ਲੜਕੀ ਇਹਨਾਂ ਨਾਲ ਮੰਗੀ ਹੋਈ ਸੀ, ਇਹਨਾਂ ਦੇ ਪਿਤਾ ਨੇ ਰਿਸ਼ਤੇ ਤੋਂ ਜਵਾਬ ਦਿੱਤਾ, ਇਹਨਾਂ ਦੇ ਪਿਤਾ ਨੂੰ ਤਾਂ ਮੈਂ ਦੇਗ ਵਿੱਚ ਉਬਾਲ ਕੇ ਤੱਤੀ ਲੋਹ ਤੇ ਬਹਾਲ ਕੇ ਤੱਤੀ ਰੇਤਾ ਸਿਰ ਵਿੱਚ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਹੈ, ਤੇ ਇਹਨਾਂ ਨੂੰ ਹੁਣ ਤੂੰ ਜਿੰਨੇ ਵੀ ਅਹੁਦੇ ਕਹੇਗਾ ਤੈਨੂੰ ਬਾਦਸ਼ਾਹ ਦੇ ਦਰਬਾਰ ਦੇ ਵਿੱਚੋਂ ਦੇਵਾਂਗਾ ਮੈਂ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਸੱਚੇ ਪਿਤਾ ਜੀ ਕਹਿਣ ਲੱਗੇ ਕਿ ਇਹਨਾਂ ਨੂੰ ਮੈਂ ਸ਼ਹੀਦ ਕਰ ਦਿੱਤਾ ਹੈ, ਹੁਣ ਤੂੰ ਛੇਵੇਂ ਪਾਤਸ਼ਾਹ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਜੇ ਤੂੰ ਖਤਮ ਕਰ ਦੇਵੇਂ ਤੇਰੇ ਅਹੁਦੇ ਵਧਾ ਦਿਆਂਗਾ ਤੇ ਜਿੰਨੇ ਵੀ ਕਹੇ ਇਨਾਮ ਤੈਨੂੰ ਦੇ ਦਿੱਤੇ ਜਾਣਗੇ। ਇਹ ਚਿੱਠੀ ਹਰੀਦਾਸ ਦਰੋਗੇ ਕੋਲ ਪਹੁੰਚੀ, ਇਹਨੇ ਪੜ੍ਹੀ, ਅੱਖਾਂ ਵਿੱਚੋਂ ਹੰਝੂ ਆ ਗਏ ਕਿਉਂਕਿ ਨਿਰੰਕਾਰ ਦੀ ਜੋਤ ਦੇ ਦਰਸ਼ਨ ਕਰਕੇ ਸਤਿਗੁਰਾਂ ਦੀ ਸੇਵਾ ਕਰਕੇ ਨਿਹਾਲ ਹੋ ਕੇ ਸੇਵਕ ਬਣ ਚੁੱਕਾ ਸੀ। ਇਹਨੇ ਉਹੀ ਚਿੱਠੀ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਰੱਖੀ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਓ, ਆਹ ਜਿਹੜੀਆਂ ਸਟੇਟਮੈਂਟਾਂ ਫੇਸਬੁੱਕ, ਵਟਸਐਪ ਅਤੇ ਟੈਲੀਵਿਜ਼ਨਾਂ ਅਤੇ ਯੂਟਿਊਬਾਂ ਦੇ ਉੱਤੇ ਗੁਰੂ ਕੇ ਇਤਿਹਾਸ ਦਾ, ਗੁਰੂ ਕੀ ਬਾਣੀ ਦਾ, ਹਰਿਮੰਦਰ ਸਾਹਿਬ ਅਤੇ ਪਵਿੱਤਰ ਸਰੋਵਰ ਦਾ ਵਿਰੋਧ, ਦੁੱਖ ਭੰਜਨੀ ਬੇਰੀ ਦਾ ਵਿਰੋਧ, ਜੋ ਵੀ ਇਹਨਾਂ ਦੇ ਖਿਲਾਫ਼ ਲੋਕ ਆ ਬਿਆਨ ਦੇ ਰਹੇ ਹਨ, ਇਹ ਖਾਲਸਾ ਜੀ ਮਿਟਣੇ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਰਨ ਬਣਨਾ ਇੱਕ ਦਿਨ, ਇਹ ਬਹਾਨਾ ਬਣਨਾ, ਸਮਾਂ ਆਉਣਾ ਤੇ ਮੁੱਕਰ ਨਹੀਂ ਫਿਰ ਹੋਣਾ। ਆਹ ਹੁਣ ਦੀਵਾਨ ਚੰਦੂ ਨੇ ਚਿੱਠੀ ਦਿੱਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੜ੍ਹੀ ਤੇ ਬਹਾਦਰ ਬਾਬੇ ਬਿਰੀ ਚੰਦ ਨੂੰ ਦੇਤੀ ਤੇ ਬਾਬੇ ਬਿਰੀ ਚੰਦ ਨੇ ਚਿੱਠੀ ਪਾ ਲਈ ਖੀਸੇ ਵਿੱਚ ਤੇ ਉਸ ਦਿਨ ਤੋਂ ਜੇਠਾ ਤੇ ਪੁਰਾਣਾ ਜਿਹੜੇ ਸਨ
ਉਹ ਇਸ ਕਿਲੇ ਵਿੱਚੋਂ ਬਾਹਰ ਜਾ ਕੇ ਦਿਹਾੜੀ ਕਰਕੇ ਮਿਹਨਤ ਕਰਕੇ ਰਾਸ਼ਨ ਪਾਣੀ ਬਾਹਰੋਂ ਖਰੀਦ ਕੇ ਸਭ ਕਰਨ ਪ੍ਰਸ਼ਾਦ ਸਕਾਉਣ ਲੱਗ ਪਏ। ਕਹਿੰਦੇ ਇੰਚਾਰਜ ਨੇ ਤੇ ਸਭ ਕੁਝ ਦੱਸ ਦਿੱਤਾ, ਹੋ ਸਕਦਾ ਕੋਈ ਹੋਰ ਇੱਥੋਂ ਖਰੀਦਿਆ ਜਾਏ, ਸਿੱਖਾਂ ਦਾ ਜਾਂ ਸਤਿਗੁਰਾਂ ਦਾ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇ। ਵੈਸੇ ਸਤਿਗੁਰਾਂ ਨੂੰ ਕੌਣ ਹੈ ਕੋਈ ਕਰ ਸਕਦਾ, ਪਰ ਫਿਰ ਵੀ ਉਹਨਾਂ ਨੇ ਉੱਧਰੋਂ ਇਹ ਬਦਲ ਕੀਤੇ। ਦਿਨ ਕਾਫੀ ਲੰਘਦੇ ਗਏ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨੂੰ ਸੱਚੇ ਪਿਤਾ ਵਾਸਤੇ ਗੱਲ ਅੰਮ੍ਰਿਤਸਰ ਸਾਹਿਬ ਚੱਲੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਜ਼ਿੰਮੇਵਾਰੀ ਲਾਈ ਗਈ। ਮਹਾਰਾਜ ਪਤਾ ਕਰੋ, ਸਤਿਗੁਰੂ ਥੋੜੇ ਦਿਨਾਂ ਲਈ ਗਏ ਸੀ, ਬਹੁਤ ਦਿਨ ਹੋ ਗਏ ਨੇ, ਅੱਜ ਵਾਂਗ ਮੀਡੀਆ ਥੋੜੋ ਸੀ ਵੀ ਨਾਲ ਦੀ ਨਾਲ ਹੀ ਖਬਰ ਜਾਈ ਜਾਏ, ਇੱਦਾਂ ਨਹੀਂ ਸੀ ਜਾਂਦੀ। ਬਾਬਾ ਜੀ ਦਿੱਲੀ ਪਹੁੰਚੇ, ਦਿੱਲੀ ਤੋਂ ਪਤਾ ਲੱਗਾ ਸਤਿਗੁਰੂ ਛੇਵੇਂ ਪਾਤਸ਼ਾਹ ਦੀਵਾਨ ਚੰਦੂ ਦੀਆਂ ਚਾਲਾਂ ਦੇ ਨਾਲ ਗਵਾਲੀਅਰ ਪਹੁੰਚੇ ਨੇ। ਬਾਬਾ ਜੀ ਗਵਾਲੀਅਰ ਪਹੁੰਚੇ, ਪਹੁੰਚ ਕੇ ਕੀ ਦੇਖਿਆ, ਬਾਬਾ ਜੇਠਾ ਤੇ ਪੁਰਾਣਾ ਬਾਹਰ ਇੱਕ ਲੋਹਾਰ ਦੇ ਆਰਨ ਦੇ ਉੱਤੇ ਸੱਟਾਂ ਲਾ ਰਹੇ ਨੇ, ਮਿਹਨਤ ਕਰ ਰਹੇ ਨੇ। ਸਿੱਖੋ ਇਹ ਕੀ ਕਾਰਨ, ਸਾਰੀ ਗੱਲਬਾਤ ਦੱਸੀ ਤੇ ਸਤਿਗੁਰੂ ਕੇ ਪਿਆਰੇ ਕਹਿਣ ਲੱਗੇ ਸਿੱਖੋ, ਫਿਰ ਕੋਈ ਸਿੱਖੀ ਦਾ ਚਮਤਕਾਰਾ ਦਿਖਾ ਦੇਣਾ ਸੀ। ਇਹ ਕਹਿਣ ਲੱਗੇ ਮਹਾਰਾਜ ਦਾ ਹੁਕਮ ਨਹੀਂ, ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜਾਓ, ਮੇਰਾ ਹੁਕਮ ਹੈ, ਸਤਿਗੁਰਾਂ ਦੀ ਕਰੋਪੀ ਮੈਂ ਆਪਣੇ ਸਿਰ ਮੱਥੇ ਚੱਲਾਂਗਾ, ਪਰ ਇਹਨਾਂ ਰਾਜਨੀਤਿਕਾਂ ਦੀਆਂ ਚਾਲਾਂ ਜਿਹੜੀਆਂ ਨੇ ਇਹਨਾਂ ਨੂੰ ਕੋਈ ਨਾ ਕੋਈ ਚਮਤਕਾਰਾ ਦਿਖਾਲਣਾ ਚਾਹੀਦਾ ਹੈ, ਜਾਓ ਤੁਸੀਂ ਕੋਈ ਦਿੱਲੀ ਵਿੱਚ ਚਮਤਕਾਰਾ ਦਿਖਾਲੋ। ਗੁਰੂ ਕੇ ਪਿਆਰੇ ਬ੍ਰਹਮ ਗਿਆਨੀ ਦੇ ਪਲਟ ਲੈਣ ਵਾਲੇ ਇਹ ਜੋਤਸ਼ੀ ਬਣ ਕੇ ਬਾਦਸ਼ਾਹ ਦੇ ਘਰ ਪਹੁੰਚੇ। ਬਾਦਸ਼ਾਹ ਨੇ ਹੱਥ ਦਿਖਾ ਲਿਆ, ਕਹਿੰਦੇ ਸਾਧ ਸਤੀ ਆਈ ਹੈ, ਤੇ ਸਤਿਗੁਰੂ ਕੇ ਪਿਆਰੇ ਕਹਿਣ ਲੱਗੇ ਕਿ ਤੂੰ ਕਿਤੇ ਬਲੀ ਆਤਮਾ ਪਰਮੇਸ਼ਰ ਦੇ ਪਿਆਰੇ ਨਿਰੰਕਾਰ ਦੇ ਰੂਪ ਨੂੰ ਲਿਜਾ ਜੇਲ੍ਹ ਵਿੱਚ ਡੱਕਿਆ ਹੈ, ਜਿਹਦਾ ਕਰਕੇ ਤੇਰੇ ਉੱਤੇ ਦੁੱਖ ਆ ਰਹੇ ਨੇ, ਤੇ ਇਹ ਨਾ ਸਮਝਿਆ ਚਲੇ ਗਏ। ਰਾਤ ਨੂੰ ਇਹ ਸ਼ੇਰਾਂ ਦਾ ਰੂਪ ਧਾਰਨ ਕਰਕੇ ਦਿਆਂ ਪਲਟ ਕੇ ਬਾਦਸ਼ਾਹ ਦੇ ਸੌਣ ਵਾਲੇ ਕਮਰੇ ਜਾ ਪਹੁੰਚੇ। ਇਹਨਾਂ ਨੇ ਬਾਦਸ਼ਾਹ ਦੇ ਸੁੱਤੇ ਪਏ ਦੇ ਛਾਤੀ ਉੱਤੇ ਪੰਜਾ ਮਾਰ ਕੇ ਗੁਰੂ ਕੇ ਪਿਆਰਿਆਂ ਨੇ ਇਸ ਨੂੰ ਜਗਾ ਲਿਆ। ਇਹਦੇ ਅੱਖਾਂ ਖੋਲੀਆਂ, ਦੋ ਸ਼ੇਰ ਇੱਕ ਉਸ ਪਾਸੇ ਤੇ ਇੱਕ ਉਸ ਪਾਸੇ ਹੱਥ ਜੁੜ ਗਏ। ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੀ ਸਹਾਇਤਾ ਕਰੋ, ਸ਼ੇਰ ਚਲੇ ਗਏ ਸਤਿਗੁਰਾਂ ਦਾ ਨਾਮ ਸੁਣ ਕੇ। ਦੂਸਰਾ ਦਿਨ ਹੋਇਆ, ਦੀਵਾਨ ਚੰਦੂ ਆਇਆ, ਕਹਿਣ ਲੱਗਾ ਸਾਰੀ ਰਾਤ ਮੈਨੂੰ ਸ਼ੇਰਾਂ ਨੇ ਸੌਣ ਨਹੀਂ ਦਿੱਤਾ। ਦੀਵਾਨ ਚੰਦੂ ਨੇ ਫਿਰ ਪੁੱਠਾ ਪਟਾ ਚਾੜਤਾ, ਕਿਉਂਕਿ ਇਹ ਤੇ ਆਪਣਾ ਮਨੋਰਥ ਪੂਰਾ ਕਰਨਾ ਚਾਹੁੰਦੇ। ਕਹਿੰਦਾ ਜੀ ਇਹ ਸਾਧ ਸਤੀ ਦੇ ਸ਼ੇਰ ਨੇ, ਉਹ ਤੂੰ ਇਹ ਸ਼ੁਕਰ ਕਰ ਕਿ ਛੇਵੇਂ ਪਾਤਸ਼ਾਹ ਤੇਰੇ ਲਈ ਭਗਤੀ ਕਰਦੇ ਨੇ, ਤਾਂ ਉਹ ਮੁੜ ਗਿਆ, ਨਹੀਂ ਤੇ ਉਹਨਾਂ ਨੇ ਤੇਰਾ ਕਰ ਤੈਨੂੰ ਸਮਾਪਤ ਕਰਕੇ ਜਾਣਾ ਸੀ, ਖਾ ਜਾਣਾ ਸੀ ਤੈਨੂੰ ਸ਼ੇਰਾਂ ਨੇ। ਨਾ ਸਮਝਿਆ, ਰਾਤ ਪਈ, ਫਿਰ ਸ਼ੇਰ ਆਏ ਤੇ ਸ਼ੇਰਾਂ ਨੇ ਇੱਕ ਨੇ ਦੀ ਛਾਤੀ ਉੱਤੇ ਪੰਜਾ ਰੱਖਿਆ, ਦੂਸਰੇ ਨੇ ਦੂਸਰੇ ਸ਼ੇਰ ਦੇ ਕੰਨ ਕੋਲ ਮੂੰਹ ਕਰਕੇ ਕੋਈ ਗੱਲ ਕਹੀ। ਇਹਦੀ ਅੱਖ ਖੁੱਲੀ ਤੇ ਹੱਥ ਜੁੜਦਿਆਂ ਸਾਰ ਕਰਨ ਲੱਗਾ, ਛੇਵੇਂ ਪਾਤਸ਼ਾਹ ਮੈਨੂੰ ਆ ਸ਼ੇਰਾਂ ਕੋਲੋਂ ਬਚਾਓ, ਤੇ ਸ਼ੇਰ ਸੀ ਛੇਵੇਂ ਪਾਤਸ਼ਾਹ ਦੇ। ਇਹਨਾਂ ਨੇ ਇਹਨੂੰ ਛੱਡ ਦਿੱਤਾ। ਸਵੇਰ ਹੋਈ ਤੇ ਸਾਈਂ ਮੀਆਂ ਮੀਰ ਉਹ ਆਇਆ ਇਹਦੇ ਮਿਲਣ ਵਾਸਤੇ। ਇਹਨੇ ਆਖਿਆ, ਸਾਈਂ ਜੀ ਦੋ ਰਾਤਾਂ ਹੋ ਗਈਆਂ ਨੇ ਮੈਨੂੰ ਸ਼ੇਰ ਸੌਣ ਨਹੀਂ ਦਿੰਦੇ, ਤੇ ਉਹ ਕਹਿਣ ਲੱਗਾ ਓਏ ਇਹ ਸ਼ੇਰ ਅੱਜ ਆ ਗਏ ਨਾ, ਤੇ ਫਿਰ ਤੈਨੂੰ ਛੱਡ ਕੇ ਨਹੀਂ ਜਾਣਾ, ਓਏ ਤੂੰ ਕੀ ਧੋਖਾ ਕਰ ਰਿਹਾ, ਕਿੱਡਾ ਤੂੰ ਅੱਗੇ ਪਾਪ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਕੇ ਕੀਤਾ, ਤੇ ਹੁਣ ਰੱਬ ਦੇ ਰੂਪ ਨੂੰ ਤੂੰ ਉਸ ਅੱਲਾ ਖੁਦਾਬੰਦ ਕਰੀਮ ਨੂੰ ਕੈਦ ਕਰਕੇ ਬਹਾਨੇ ਦੇ ਨਾਲ ਬੈਠਾ। ਦੀਵਾਨ ਚੰਦੂ ਦੇ ਆਖੇ ਲੱਗ ਗਏ, ਜੇ ਅੱਜ ਤਕਾਲਾਂ ਤੋਂ ਪਹਿਲਾਂ ਪਹਿਲਾਂ ਗਵਾਲੀਅਰ ਕਿਲੇ ਦੇ ਵਿੱਚੋਂ ਉਹਨਾਂ ਨੂੰ ਬਾਹਰ ਰਿਹਾ ਨਾ ਕੀਤਾ, ਅੱਜ ਸ਼ੇਰ ਆ ਗਏ ਤੇ ਇਹਨਾਂ ਨੇ ਤੀਜੇ ਤੇ ਇਤਿਹਾਸ ਜਿੱਦਾਂ ਬੱਚੇ ਕਹਿੰਦੇ ਹੁੰਦੇ ਆ ਵੀ ਤੀਜੇ ਤੇ ਇਤਿਹਾਸ ਕੱਢ ਕੇ ਜਾਣਾ, ਅੱਜ ਤੈਨੂੰ ਛੱਡ ਕੇ ਨਹੀਂ ਜਾਣਾ। ਇਹਨੇ ਫਿਰ ਉਸੇ ਵੇਲੇ ਹੀ ਵਜ਼ੀਰ ਖਾਂ ਵਜ਼ੀਰ ਨੂੰ ਭੇਜਿਆ, ਕਹਿੰਦਾ ਛੇਵੇਂ ਪਾਤਸ਼ਾਹ ਨੂੰ ਲੈ ਕੇ ਆ। ਵਜ਼ੀਰ ਸਿਆਣਾ ਸੀ, ਕਹਿਣ ਲੱਗਾ ਜੇ ਸਤਿਗੁਰੂ ਨਾ ਮੰਨੇ, ਕਹਿੰਦਾ ਜਿਹੜੀ ਵੀ ਸ਼ਰਤ ਤੇ ਆਉਣ ਉਸੇ ਸ਼ਰਤ ਦੇ ਉੱਤੇ ਉਹਨਾਂ ਨੂੰ ਲੈ ਕੇ ਆਉਣਾ ਹੈ, ਕਿਉਂਕਿ ਸਾਈਂ ਮੀਆਂ ਮੀਰ ਨੇ ਕੀ ਆਖਿਆ ਉਸ ਵੇਲੇ ਜਹਾਂਗੀਰ ਬਾਦਸ਼ਾਹ ਨੂੰ, ਸੁਣੀਏ ਪਿਆਰ ਦੇ ਨਾਲ ਛੇਵੇਂ ਪਾਤਸ਼ਾਹ ਨੂੰ ਕਿਲੇ ਚੋਂ ਕੱਢਣ ਲਈ ਇਉਂ ਬੇਨਤੀ ਕੀਤੀ ਜਾ ਰਹੀ। ਇਹ ਜੀ ਮੀਆਂ ਮੀਰ ਆਖੇ ਜਹਾਂਗੀਰ ਸ਼ਾਹ ਨੂੰ, ਛੱਡ ਤਾਂ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ, ਅੱਲਾ ਕੋਈ
ਕਰੀ ਤੇ ਲਗੀਰੀ ਦੀ ਪਾਈ ਕਿਰਪਾਨ ਜਿਹਨੇ ਮੀਰੀ ਪੀਰੀ ਦੀ ਆਤਮਾ ਦੀ ਰਾਖੀ ਲਈ ਤਲਵਾਰ ਜੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਉਹਨਾਂ ਉੱਤੋਂ ਪੈਣ ਜੇ ਕਸ਼ਟ ਜਾਰ ਨੇ ਰੱਬ ਨੇ ਕਸੂਰ ਨਹੀਂ ਮੁਆਫ ਕਰ ਨੇ ਕੀਤਾ ਭਾਵੇਂ ਸਿੱਧੇ ਜੱਟ ਨੇ ਇਹ ਵੀ ਤੁਹਾਡੇ ਸਿਰ ਸ਼ਕਤੀ ਦਾ ਮਾਰ ਜੇ ਕੱਢ ਲੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਚੰਦੂ ਦਾ ਤਾਂ ਉਹਨਾਂ ਨਾਲ ਖਾਸ ਵੈਰ ਹੈ ਚੰਦੂ ਦਾ ਤਾਂ ਉਹਨਾਂ ਨਾਲ ਖਾਸ ਵੈਰ ਹੈ ਪੰਜਵੇਂ ਗੁਰਾਂ ਤੇ ਉਹਨ ਕੀਤਾ ਕਹਿਰ ਹੈ ਸਤਿਗੁਰਾਂ ਨੂੰ ਅੱਜ ਤਕਾਲਾਂ ਤੋਂ ਪਹਿਲੋਂ ਪਹਿਲੋਂ ਬਾਹਰ ਨਾ ਕੱਢਿਆ ਸ਼ੇਰ ਆ ਗਿਆ ਫਿਰ ਤੇਰਾ ਖਾਤਮਾ ਹੋਊਗਾ ਵਜੀਦ ਖਾਂ ਨੂੰ ਉਸੇ ਵੇਲੇ ਭਜਾਇਆ ਵਜੀਦ ਖਾਂ ਮੰਜ਼ਿਲਾਂ ਨੂੰ ਤੈਅ ਕਰਕੇ ਗਵਾਲੀਅਰ ਪਹੁੰਚਾ ਹਰੀਦਾਸ ਦਰੋਗੇ ਨੂੰ ਬਾਦਸ਼ਾਹ ਦਾ ਹੁਕਮ ਸੁਣਾਇਆ ਹਰੀਦਾਸ ਦਰੋਗਾ ਹੱਥ ਬੰਨ ਕੇ ਮਹਾਰਾਜ ਕੋਲ ਜਾ ਕੇ ਕਹਿਣ ਲੱਗਾ ਸਤਿਗੁਰ ਤੁਹਾਨੂੰ ਬਾਦਸ਼ਾਹ ਨੇ ਬੁਲਾਇਆ ਹੈ ਯਾਦ ਕੀਤਾ ਹੈ ਬਾਦਸ਼ਾਹ ਨੇ ਤੇ ਇੰਨੇ ਸਮੇਂ ਵਿੱਚ ਮੇਰੇ ਕੋਲੋਂ ਕੋਈ ਤੁਹਾਡੀ ਸੇਵਾ ਵਿੱਚ ਗਲਤੀ ਹੋਈ ਹੋਵੇ ਤੇ ਮੇਰੀ ਮਾਫ਼ ਕਰਨਾ ਸਤਿਗੁਰੂ ਕਹਿਣ ਲੱਗੇ ਤੂੰ ਆਪਣੀ ਜ਼ਿੰਮੇਵਾਰੀ ਆਪਣੀ ਨੌਕਰੀ ਨਿਭਾਈ ਹੈ ਤੇਰਾ ਕੋਈ ਦੋਸ਼ ਨਹੀਂ ਸਤਿਗੁਰਾਂ ਦੇ ਜਾਣ ਦੀ ਖਬਰ ਬਾਦਸ਼ਾਹ ਨੂੰ ਸੁਣੀ ਸਤਿਗੁਰਾਂ ਨੇ ਚਰਨ ਫੜ ਲਏ ਸਾਰਿਆਂ ਨੇ ਆ ਕੇ ਮਹਾਰਾਜ ਜੇ ਅੱਜ ਸਾਨੂੰ ਛੱਡ ਗਏ ਰੋਂਦਿਆਂ ਹੋਇਆਂ ਸਤਿਗੁਰਾਂ ਦੇ ਚਰਨ ਧੋ ਦਿੱਤੇ ਰੋ ਰੋ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਆਏ ਹੀ ਇਸ ਕਾਰਜ ਸਨ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਕਹਿਣ ਲੱਗੇ ਹਰੀਦਾਸਾ ਜਾ ਕਹਿੰਦੇ ਵਜ਼ੀਰ ਨੂੰ ਅਸੀਂ ਨਹੀਂ ਜਾਣਾ ਕਹਿੰਦੇ ਕਾਰਨ ਕਹਿੰਦੇ ਜੇ ਸਾਰਿਆਂ ਨੂੰ ਛੱਡੋਗੇ ਤੇ ਤਾਂ ਜਾਣਾ ਬਸ ਆਹ ਫਰਕ ਹੈ ਸਾਡੇ ਲੀਡਰਾਂ ਦੇ ਵਿੱਚ ਸਿੱਖ ਤੇ ਅਸੀਂ ਗੁਰੂ ਦੇ ਹਾਂ ਪਰ ਇੰਨਾ ਕੁ ਫਰਕ ਹੈ ਵੀ 84 ਵਿੱਚ ਜਿਹੜੇ ਸਾਡੇ ਲੀਡਰ ਫੜ ਹੋਏ ਉਹਨਾਂ ਨੂੰ ਤੇ ਛੱਡ ਦਿੱਤਾ ਪਰ ਜਿਹੜੇ ਵਿਚਾਰੀ ਸੰਗਤ ਫੜ ਹੋਈ ਉਹਨਾਂ ਨੂੰ ਕਿਸੇ ਨੇ ਨਹੀਂ ਛਡਾਇਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਜੇ ਗੁਰੂ ਕੇ ਸਿੱਖ ਹੁੰਦੇ ਉਹ ਕਹਿ ਦਿੰਦੇ ਵੀ ਆ ਨਾਲਦਿਆਂ ਨੂੰ ਛੱਡੋਗੇ ਤੇ ਤਾਂ ਜਾਵਾਂਗੇ ਲੌਂਗੋਵਾਲ ਉਹਨਾਂ ਨੂੰ ਛੱਡਿਆ ਹੀ ਆ ਟੋੜੇ ਉਹਨਾਂ ਨੂੰ ਛੱਡਿਆ ਹੀ ਆ ਸਾਰਿਆਂ ਨੂੰ ਬਾਕੀ ਲੀਡਰਾਂ ਨੂੰ ਛੱਡਿਆ ਹੀ ਆ ਸਰਕਾਰ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹਰਾ ਦੇ ਪਿਆਰੇ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਰਹੋ ਵਿਚਾਰ ਸਤਿਗੁਰੂ ਕਹਿਣ ਲੱਗੇ ਸਾਰਿਆਂ ਨੂੰ ਰਿਹਾ ਕਰੋਗੇ ਤੇ ਤਾਂ ਹੁਣ ਵਜੀਦ ਖਾਂ ਦੇ
ਸਾਹਮਣੇ ਬੜਾ ਵੱਡਾ ਸਵਾਲ ਆ ਗਿਆ। ਕਹਿਣ ਲੱਗਾ ਇਹ ਬਾਦਸ਼ਾਹ ਦੀ ਝੋਲੀ ਨਹੀਂ ਚੱਕੀ ਇਹਨਾਂ ਨੇ, ਜੇ ਸਾਰਿਆਂ ਨੂੰ ਹੁਣ ਮਾੜੀ ਦੀ ਗੱਲ ਤੇ ਰਿਹਾ ਕਰਾ ਦੇਣ ਤਾਂ ਬਾਦਸ਼ਾਹ ਦਾ ਗੁੱਸਾ ਮੇਰੇ ਤੇ ਨਾ ਹੋਵੇ, ਤੇ ਐਡੀ ਛੇਤੀ ਨਾ ਹੋ ਜਾ ਸਕਦਾ। ਬਾਦਸ਼ਾਹ ਦਾ ਹੁਕਮ ਹੈ ਵੀ ਅੱਜ ਤਕਾਲਾਂ ਤੋਂ ਪਹਿਲਾਂ ਪਹਿਲਾਂ ਸਤਿਗੁਰੂ ਰਿਹਾ ਹੋਣੇ ਚਾਹੀਦੇ ਨੇ। ਹੁਣ ਇਸ ਨੇ ਮਨ ਵਿੱਚ ਇੱਕ ਸ਼ਰਤ ਰੱਖ ਲਈ, ਸੋਚ ਕੇ ਕਹਿਣ ਲੱਗਾ ਵੀ ਇਹ ਅਣਖੀ ਰਾਜੇ ਆ ਜਿਹੜੇ ਤੁਸੀਂ ਧੀਆਂ ਦੇਣ ਵਾਲੇ, ਧੀਆਂ ਦੇ ਕੇ ਡੋਲੇ, ਧੀਆਂ ਦੇ ਡੋਲੇ ਦੇ ਕੇ ਰਾਜ ਕਰਨ ਵਾਲੇ ਤੇ ਰਾਜੇ ਰਾਜ ਕਰੀ ਜਾਂਦੇ ਸੀ, ਪਰ ਇਹ ਅਣਖੀ ਰਾਜੇ ਸੀ ਜਿਹੜੇ ਅਣਖੀ ਸੀ ਉਹ ਇਹਨਾਂ ਨੇ ਬੰਨੇ ਹੋਏ ਸੀ। ਕਹਿੰਦਾ ਵੀ ਇਹ ਅਣਖੀ ਰਾਜੇ ਆ, ਇਹਨਾਂ ਨੇ ਜਹਾਂਗੀਰ ਦੀ ਝੋਲੀ ਨਹੀਂ ਚੱਕੀ, ਇਹਨਾਂ ਨੇ ਸਤਿਗੁਰਾਂ ਦਾ ਪੱਲਾ ਫੜਦਾ, ਇਹਨਾਂ ਨੂੰ ਕਹਿ ਦਿੰਦੇ ਵੀ ਸਤਿਗੁਰਾਂ ਦਾ ਪੱਲਾ ਫੜ ਕੇ ਕਿਸੇ ਦੇ ਪੱਲੇ ਲੱਗਣਾ ਖਾਲਸਾ ਜੀ ਪਿੱਛੇ ਲੱਗਣਾ ਬੜਾ ਔਖਾ ਹੈ। ਆਪਾਂ ਗੁਰੂ ਦੇ ਪਿੱਛੇ ਲੱਗੇ ਹਾਂ, ਲੱਗੇ ਹੀ ਰਹਿਣਾ ਆਪਾਂ, ਪਰ ਮਨੁੱਖ ਸਾਨੂੰ ਆਪਣੇ ਮਗਰ ਲਾਉਣ ਵਾਸਤੇ ਗੁਰੂ ਕੀ ਬਾਣੀ ਦੇ ਵੀ ਗਲਤ ਅਰਥ ਕਰੀ ਜਾਂਦੇ ਆ, ਪਰ ਫਰਕ ਪੈ ਜਾਂਦਾ ਉਹ ਨੰਗੇ ਹੋ ਜਾਂਦੇ ਹਨ। ਸਤਿਗੁਰੂ ਕਿਰਪਾ ਕਰਨ, ਆਪਾਂ ਉਹਨਾਂ ਕੋਲੋਂ ਬਚ ਕੇ ਰਹਿਣਾ ਹੈ, ਗੁਰੂ ਦਾ ਹੀ ਪੱਲਾ ਫੜਨਾ ਹੈ। ਇਹਨੇ ਆਖਿਆ ਵੀ ਗੁਰੂ ਦਾ ਜਿਹੜਾ ਪੱਲਾ ਫੜ ਕੇ ਆ ਜਾਣ, ਉਹ ਆਉਣਗੇ ਵੀ ਕਿੰਨੇ ਕੁ ਫੜ ਲੈਣਗੇ। ਉਸ ਵੇਲੇ ਸਤਿਗੁਰਾਂ ਦੇ ਵਾਸਤੇ ਸ਼ਰਤ ਰੱਖਤੀ, ਮਹਾਰਾਜ ਜਿੰਨੇ ਤੁਹਾਡਾ ਜਿਹੜੇ ਜਿਹੜੇ ਬਾਦਸ਼ਾਹ ਪੱਲਾ ਫੜ ਲੈਣ ਉਨੇ ਕੁ ਆ ਜਾਣ। ਕਹਿੰਦਾ ਵੀ ਮੈਂ ਵੀ ਬਚਾਅ ਕਰ ਲੂੰਗਾ, ਵੀ ਬਾਦਸ਼ਾਹ ਅਣਖੀ ਇਹਨਾਂ ਨੂੰ ਸ਼ਰਤ ਰੱਖੀ ਸੀ ਵੀ ਇੰਨੇ ਕੁ ਬੰਦਿਆਂ ਨੇ ਪੱਲਾ ਫੜ ਲਿਆ, ਇੰਨੇ ਕੁ ਛੱਡੇ ਬਾਕੀ ਰਹਿ ਗਏ ਅੰਦਰ, ਤੇ ਉਹਦੇ ਸਤਿਗੁਰਾਂ ਦੇ ਪੱਲੇ ਪਹਿਲੋਂ ਤੋਂ ਹੀ ਲੱਗੇ ਸੀ ਜਦੋਂ ਉਹ ਅੰਦਰ ਗਏ ਸੀ ਉਦਣ ਦੇ ਅਰਦਾਸਾਂ ਕਰਦੇ ਸੀ। ਤੇ ਮੇਰੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਇਹਨਾਂ ਦੀ ਬੰਦ ਖਲਾਸੀ ਕਰਨ ਵਾਸਤੇ ਗਏ ਸਨ। 52 ਕਲੀਆਂ ਵਾਲਾ ਚੋਲਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਨ ਕੇ ਇਹਨਾਂ 52 ਦੇ 52 ਰਾਜਿਆਂ ਨੂੰ ਤਣੀਆਂ ਫੜਾ ਕੇ ਤੇ ਸਾਰਿਆਂ ਨੂੰ ਰਿਹਾ ਕਰਾ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਪਹੁੰਚੇ ਤੇ ਆਉਂਦਿਆਂ ਰਸਤੇ ਵਿੱਚੋਂ ਬਹੁਤ ਤਰ੍ਹਾਂ ਦੇ ਲੋਕ ਹੋਰ ਇਕੱਠੇ ਹੁੰਦੇ ਗਏ, ਉਹ ਰਾਜੇ ਸਤਿਗੁਰਾਂ ਨੇ ਰਿਹਾ ਕਰਾਏ ਨੇ। ਬਾਦਸ਼ਾਹ ਹੁਣ ਦੇਖਦੇ ਵੀ ਕੀ ਵਰਤਾਰਾ ਕਰਦਾ ਹੈ। ਦਿੱਲੀ ਪਹੁੰਚੇ ਤੇ ਨਾਲ ਸੰਗਤਾਂ ਹੋਰ ਤੇ 52 ਰਾਜੇ ਕੈਦੀ ਜਿਹੜੇ, ਤੇ ਸਤਿਗੁਰਾਂ ਨੇ ਕਿਹਾ ਵੀ ਇਹਨਾਂ ਨੂੰ ਕਿਸੇ ਉੱਤੇ ਕੋਈ ਸ਼ਰਤ ਨਹੀਂ, ਸਾਰਿਆਂ ਨੂੰ ਰਿਹਾ ਕਰਨਾ। ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਗੱਲ ਉਸ ਵੇਲੇ ਉਹਨੇ ਸੁਣੀ, ਕਿਉਂਕਿ ਉਹਦੀ ਜਾਨ ਕਿੜਕੀ ਵਿੱਚ ਹੈ। ਉਹ ਕਹਿਣ ਲੱਗਾ ਮਹਾਰਾਜ ਜੋ ਤੁਸੀਂ ਕਹਿੰਦੇ ਸੱਤ ਹੈ। ਤੇ ਸਤਿਗੁਰਾਂ ਨਾਲ ਪ੍ਰੇਮ ਦੀਆਂ ਗੱਲਾਂ ਕਰਨ ਲੱਗਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਹੱਥੇ 'ਚ ਮਾਲਾ ਸੀ, ਮਾਲਾ ਦਾ ਮਣਕਾ ਸਤਿਗੁਰਾਂ ਕੋਲੋਂ ਬਹਾਨੇ ਨਾਲ ਜਹਾਂਗੀਰ ਮੰਗਣ ਲੱਗਾ। ਕਹਿਣ ਲੱਗਾ ਸਤਿਗੁਰ ਇਸ ਮਾਲਾ ਦਾ ਇੱਕ ਮਣਕਾ ਮੈਨੂੰ ਦੇ ਦੇ, ਤੁਹਾਡੀ ਨਿਸ਼ਾਨੀ ਵਜੋਂ ਮੈਂ ਆਪਣੇ ਕੋਲ ਰੱਖਾਂਗਾ, ਜਦੋਂ ਨਮਾਜ਼ ਕਰਿਆ ਕਰਾਂਗੇ ਮਾਲਾ ਦਾ ਮਣਕਾ ਸਾਹਮਣੇ ਰੱਖਿਆ ਕਰਾਂਗਾ, ਜਿੱਥੇ ਮੈਂ ਅੱਲਾਹ ਨੂੰ ਨਮਸਕਾਰ ਕਰਨੀ ਸਤਿਗੁਰੂ ਜੀ ਉੱਥੇ ਮੈਂ ਤੁਹਾਨੂੰ ਵੀ ਮੱਥਾ ਟੇਕਿਆ ਕਰਾਂਗਾ ਇਹਦੀ ਯਾਦ ਕਰਕੇ। ਆਪਾਂ ਇੱਕ ਦੂਸਰੇ ਨੂੰ ਗਿਫਟ ਦਿੰਦੇ ਹਾਂ ਵਿਆਹਾਂ ਦੇ ਸੂਟ ਅਤੇ ਹੋਰ ਚੀਜ਼ਾਂ ਬੀਬੀਆਂ ਭੈਣਾਂ ਸਾਡੀਆਂ ਬਹੁਤ ਦਿੰਦੀਆਂ ਨੇ, ਉਹ ਇਸੇ ਵਾਸਤੇ ਹੁੰਦਾ ਵੀ ਸਾਡੀ ਬੱਚੀ ਜਾਂ ਬੱਚੇ ਦਾ ਵਿਆਹ ਚੇਤਾ ਰਹੇ ਵੀ ਜਦੋਂ ਇਹ ਬੀਬੀ ਮਾਈ ਭੈਣ ਜਿਹੜੇ ਰਿਸ਼ਤੇਦਾਰ ਨੇ ਇਹ ਚੀਜ਼ ਵਰਤਣਗੇ ਤਾਂ ਚੇਤਾ ਹੋਵੇ ਕਿੱਥੋਂ ਆਈ ਸੀ। ਰਹੋ ਵਿਚਾਰ, ਇਹਨੇ ਇਸ ਬਹਾਨੇ ਨਾਲ ਮਣਕਾ ਮੰਗਿਆ ਤੇ ਸਤਿਗੁਰੂ ਕਹਿਣ ਲੱਗੇ ਇਹ 78 ਮਾਲਾ ਹੈ, ਇਹਦੇ ਵਿੱਚੋਂ ਇੱਕ ਮਣਕਾ ਨਹੀਂ, ਜੇ ਤੂੰ ਮਾਲਾ ਬੜਾ ਖੁਸ਼ ਹੈ ਤੇ ਮਾਲਾ ਹੀ ਰੱਖ ਲਾ। ਕਹਿੰਦਾ ਮਹਾਰਾਜ ਮਾਲਾ ਬਖਸ਼ਦੇ ਹੋਏ। ਸਤਿਗੁਰੂ ਕਹਿੰਦੇ ਇੱਕ ਨਹੀਂ ਦੋ ਸੀਗੀਆਂ, ਇੱਕ ਸਾਡੇ ਪਿਤਾ ਜੀ ਦੇ ਗਲ ਵਿੱਚ ਸੀ ਤੇ ਇੱਕ ਸਾਡੇ ਕੋਲ ਹੈ, ਜਿਹੜੀ ਸਾਡੇ ਪਿਤਾ ਜੀ ਦੇ ਗਲ ਵਿੱਚ ਸੀ ਉਹ ਤੇਰੇ ਦੀਵਾਨ ਚੰਦੂ ਦੇ ਘਰ ਆ, ਕਿਉਂਕਿ ਜਦੋਂ ਇਹਨੇ ਉਹਨਾਂ ਨੂੰ ਦੇਗ ਵਿੱਚ ਉਬਾਲਿਆ ਤੇ ਤੱਤੀ ਲੋਹ ਦੇ ਉੱਤੇ ਬਹਾਲਿਆ ਹੈ, ਉਸ ਵੇਲੇ ਉਹਨਾਂ ਦਾ ਚੋਲਾ ਕੇਸਾਂ ਦਾ ਕੰਘਾ ਦਸਤਾਰ ਤੇ ਮਾਲਾ ਇਹਦੇ ਘਰ ਹੈ, ਤੂੰ ਉਹ ਮੰਗਾ ਦੇ, ਤੈਨੂੰ ਉਹ ਚੰਗੀ ਲੱਗੂ ਉਹ ਰੱਖ ਲਈ ਤੇ ਸਾਡੇ ਕੋਲ ਆ ਰਹਿ ਜੂ, ਜੇ ਤੈਨੂੰ ਇਹ ਚੰਗੀ ਲੱਗੂ ਇਹ ਤੂੰ ਲੈ ਲਈ ਉਹ ਅਸੀਂ ਰੱਖ ਲਵਾਂਗੇ। ਦੀਵਾਨ ਚੰਦੂ ਉਸੇ ਵੇਲੇ ਉੱਠ ਪਿਆ, ਕਹਿੰਦਾ ਗੁਰੂ ਝੂਠ ਬੋਲਦੇ ਨੇ। ਕਹਿੰਦਾ ਨਹੀਂ, ਕਹਿੰਦਾ ਕਦੀ ਨਹੀਂ ਹੋ ਸਕਦਾ, ਇਹਨਾਂ ਦੇ ਪਿਤਾ ਜੀ ਮੇਰੇ ਪਗਵੰਟ ਭਰਾ ਪਿਰਥੀ ਚੰਦ ਦੇ ਭਰਾ ਸਨ, ਆਏ ਜ਼ਰੂਰ ਸਨ, ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ। ਅਤੇ ਪਤਾ ਤਾਂ ਦੀਵਾਨ ਚੰਦੂ ਨੂੰ ਵੀ ਸੀ ਅਤੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਜਹਾਂਗੀਰ ਦਾ ਵੀ ਪਤਾ ਸੀ,
ਪਰ ਸਤਿਗੁਰੂ ਜੀ ਉਹਦੇ ਮੂੰਹੋਂ ਬੜੇ ਤਰੀਕੇ ਦੇ ਨਾਲ ਹੁਣ ਜਿੱਦਾਂ ਇਸ ਨੂੰ ਦੋਸ਼ੀ ਬਣਾ ਕੇ ਇਹਨੇ ਇਹਦੇ ਕੋਲੋਂ ਇਕਬਾਲ ਕਰਾ ਕੇ ਬਾਦਸ਼ਾਹ ਕੋਲੋਂ ਲੈਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਝੂਠ ਬੋਲਦੇ ਨੇ ਮੇਰੇ ਕੋਲ ਉਹਨਾਂ ਦਾ ਕੁਛ ਨਹੀਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਝਗੜਾ ਕੋਈ ਨਹੀਂ, ਦੋ ਸਿਪਾਹੀ ਆਪਣੇ ਭੇਜ, ਦੋ ਸਿੱਖ ਅਸੀਂ ਆਪਣੇ ਭੇਜਦੇ ਹਾਂ ਅਤੇ ਇਸ ਦੀਵਾਨ ਚੰਦੂ ਦੇ ਘਰ ਨੂੰ ਆਪਾਂ ਭੇਜਦੇ ਨੇ। ਜੇ ਗੱਲ ਚੱਲ ਰਹੀ ਸੀ ਤਾਂ ਬਹਾਦਰ ਬਾਬੇ ਬਿਧੀ ਚੰਦ ਨੇ ਖੀਸੇ ਦੇ ਵਿੱਚੋਂ ਉਹ ਚਿੱਠੀ ਜਿਹੜੀ ਹਰੀਦਾਸ ਦਰੋਗੇ ਨੂੰ ਇਹਨੇ ਭੇਜੀ ਸੀ। ਜੇ ਤਾਂ ਹੁੰਦਾ ਫੇਸਬੁੱਕਾਂ ਵਾਲਾ ਕੰਮ ਤੇ ਬਹਾਦਰ ਬਾਬੇ ਬਿਧੀ ਚੰਦ ਨੇ ਆਈਫੋਨ ਕੱਢਣਾ ਸੀ ਤੇ ਸਾਰੀ ਫਿਲਮ ਦਿਖਾ ਦੇਣੀ ਸੀ ਖੱਚ ਕੇ ਆਖੋ ਸਤਨਾਮ, ਪਰ ਉਹ ਚਿੱਠੀਆਂ ਵਾਲਾ ਕੰਮ ਸੀ ਖਾਲਸਾ ਜੀ। ਹੁਣ ਜਿਹੜੇ ਲੋਕ ਆ ਦੋਸ਼ੀ ਬਣਦੇ ਨੇ ਜਿਹੜੇ ਸ਼ੇਅਰ ਕਰਦੇ ਬਹੁਤ, ਇਹ ਗੁਰਮੁਖ ਪਿਆਰੇ ਜਿਹੜੇ ਸੱਚ ਦੇ ਪੀਰ ਬਣਦੇ ਫਿਰਦੇ ਨੇ, ਸੱਚ ਦਾ ਵਿਰੋਧ ਕਰਦੇ ਝੂਠੇ ਬੰਦੇ ਸੱਚੇ ਬਣੇ ਫਿਰਦੇ ਨੇ। ਤੇ ਜਦੋਂ ਸਮਾਂ ਆ ਗਿਆ ਨਾ ਫਿਰ ਇਹਨਾਂ ਨੇ ਟੈਲੀਫੋਨ ਦਰਿਆਵਾਂ 'ਚ ਸਿੱਟਣੇ ਤੇ ਮੇਰੀ ਜੇਬ 'ਚੋਂ ਕੱਢ ਕੇ ਮੇਰੀਆਂ ਫੋਟੋਆਂ ਨਾ ਕੱਢ ਲੈਣ ਲਈ। ਜੋ ਮਰਜ਼ੀ ਹੋਵੇ ਤਾਂ ਸਾਊਂਡ ਕਲਾਉਡ ਦੇ ਵਿੱਚ ਜਿਹੜਾ ਕੁਛ ਗਿਆ ਨਾ ਉਹ ਕਾਰੀਗਰਾਂ ਨੇ, ਕਿਉਂਕਿ ਆਪਣੇ ਬੱਚੇ ਪੜ੍ਹੇ ਲਿਖੇ ਆ, ਇਹਨਾਂ ਨੇ ਸਾਰਾ ਕੁਛ ਕੱਢ ਲੈਣਾ। ਆ ਜਿਹੜੇ CCTV ਕੈਮਰੇ ਨੇ ਨਾ, ਇਹਨਾਂ ਦੇ ਵਿੱਚੋਂ ਕਈ ਵਾਰੀ ਜੇ ਹੁਣ ਵੀ ਧਰਮਰਾਜ ਹੀ ਕਹਿ ਲਓ ਖਾਲਸਾ ਜੀ, ਗੱਲ ਹਾਸੇ ਵਾਲੀ ਹੈ, ਤੁਸੀਂ ਸਾਰੇ ਦੇਖਦੇ ਹੀ ਆ ਵੀ ਕਿੱਦਾਂ ਹੁਣ ਸਾਡੇ ਵਰਗੇ ਚੋਲਿਆਂ ਵਰਗੇ ਗੋਲਕਾਂ ਦੀ ਸਫਾਈ ਕਰਦੇ ਫੜ ਹੁੰਦੇ ਨੇ ਗੱਜ ਕੇ। ਆਖੋ ਸਤਨਾਮ, ਇਹ ਕੈਮਰਾ ਨਹੀਂ ਕਿਸੇ ਨੂੰ ਬਖਸ਼ਦਾ ਖਾਲਸਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇੱਕ ਵੀਰ ਸੀ ਇੰਗਲੈਂਡ ਵਿੱਚ ਜਨਰਲ ਸੈਕਟਰੀ, ਤੇ ਰਾਤ ਨੂੰ ਹੂਬਰ ਦੀ ਸੇਵਾ ਕਰਿਆ ਕਰੇ। ਨੌਜਵਾਨਾਂ ਨੇ ਆਖਿਆ ਵੀ ਗੋਲਕ ਦੇ ਵਿੱਚੋਂ ਨੋਟ ਨਹੀਂ ਨਿਕਲਦੇ, ਪ੍ਰਬੰਧਕਾਂ ਨੇ ਸੋਚ ਲਿਆ ਕਿਉਂਕਿ ਬੰਦਾ ਸੋਚ ਹੀ ਲੈਂਦਾ। ਤੇ ਉਹ ਕਹਿੰਦੇ ਅੱਛਾ ਵੀ ਉਹਨਾਂ ਨੇ ਕੈਮਰਾ ਲਾ ਤਾ ਖਾਲਸਾ ਜੀ ਚਿਹਰਾ ਦੀ ਗੱਲ। ਜਦੋਂ ਕੈਮਰਾ ਲਾਇਆ ਤੇ ਜਿਹੜਾ ਕਾਰਪਟ ਦੇ ਉੱਤੇ ਹੂਰ ਫੇਰਨ ਦੀ ਸੇਵਾ ਲੈਂਦਾ ਸੀ ਬੱਤੀਆਂ ਬੁਝਾ ਕੇ, ਗੋਲਕ ਤੇ ਫੇਰਿਆ ਕਰੇ ਦੇ ਵਿੱਚ ਆ ਗਿਆ। ਤੇ ਜਦੋਂ ਫਿਰ ਚੌਂ ਪੰਜਾਂ ਬੰਦਿਆਂ ਦੇ ਵਿੱਚ ਉਹਦੀ ਫਿਲਮ ਦਿਖਾ ਲਈ, ਉੱਥੇ ਵੇਲੇ ਖਾਲਸਾ ਜੀ ਬਹੋਸ਼ ਹੋ ਗਿਆ ਤੇ ਐਂਬੂਲੈਂਸ ਲੈ ਕੇ ਗਈ ਗੱਜ ਕੇ। ਆਖੋ ਸਤਨਾਮ, ਇਸ ਵਾਸਤੇ ਧਰਮਰਾਜ ਤੋਂ ਬਚਣਾ ਬਹੁਤ ਔਖਾ। ਫੋਨਾਂ ਫਾਨਾਂ ਦੇ ਉੱਤੇ ਗੁਰੂ ਕੇ ਸਿੱਖੋ, ਸੱਚ ਦਾ ਵਿਰੋਧ ਨਾ ਕਰੋ। ਸਤਿਗੁਰੂ ਕਿਰਪਾ ਕਰੇ ਗੁਰੂ ਦੀ ਬਾਣੀ ਦੇ ਨਿੰਦਕ, ਇਤਿਹਾਸ ਦੇ ਨਿੰਦਕ, ਦਸਮਨੇ ਬਾਣੀ ਦੇ ਨਿੰਦਕ, ਸਰੋਵਰਾਂ ਦੀ ਨਿੰਦਿਆ ਕਰਨ ਵਾਲੇ, ਇਹਨਾਂ ਨਾਲ ਸਾਂਝ ਨਾ ਰੱਖਿਓ। ਕਦੇ ਇਹਨਾਂ ਨੇ ਤੇ ਖਤਰਾ ਖਾਣਾ ਹੀ ਖਾਣਾ, ਕਦੇ ਆਪਾਂ ਨੂੰ ਵੀ ਦਾਗ ਨਾ ਜਾਂਦੇ ਜਾਂਦੇ ਲਾ ਜਾਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਉਹ ਚਿੱਠੀ ਸਾਹਮਣੇ ਦਿੱਤੀ ਤੇ ਬਹਾਦਰ ਬਾਬੇ ਬਿਧੀ ਚੰਦ ਨੇ ਕਿਹਾ ਜੀ ਆਹ ਦੇਖੋ ਬਾਦਸ਼ਾਹ ਕੀ ਕਹਿ ਰਿਹਾ। ਤੇ ਬਾਦਸ਼ਾਹ ਨੂੰ ਹੁਣ ਆਪਣਾ ਡਰ ਵੀ ਕਿਹਾ ਤੇ ਮੈਨੂੰ ਸੀ ਵੀ ਤੂੰ ਦੀਵਾਨ ਚੰਦੂ ਸਤਿਗੁਰਾਂ ਨੂੰ ਆਪਣੇ ਘਰ ਲੈ ਜਾ, ਹੁਕਮ ਤਾਂ ਮੈਨੂੰ ਦਿੱਤਾ ਸੀ। ਉਸ ਵੇਲੇ ਵੀ ਕੰਬ ਗਿਆ। ਸਤਿਗੁਰੂ ਕਹਿੰਦੇ ਦੋ ਸਿੱਖ ਸਾਡੇ ਜਾਣਗੇ, ਦੋ ਸਿਪਾਹੀ ਤੂੰ ਭੇਜਦੇ, ਜੇ ਇਹਦੇ ਘਰੋਂ ਸਮਾਨ ਲੱਭ ਗਿਆ ਇਹ ਸਾਡਾ ਦੋਸ਼ੀ, ਜੇ ਨਾ ਲੱਭਾਂ ਤੇ ਬਾਦਸ਼ਾਹ ਅਸੀਂ ਤੇਰੇ ਦੋਸ਼ੀ, ਜੋ ਤੂੰ ਸਜ਼ਾ ਦੇਵੇਂਗਾ ਅਸੀਂ ਚੱਲਾਂਗੇ। ਬਹਾਦਰ ਬਾਬਾ ਬਿਧੀ ਚੰਦ ਤੇ ਬਾਬਾ ਜੇਠਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਬ੍ਰਹਮ ਗਿਆਨੀ ਗੁਰੂ ਕਾ ਹੁਕਮ ਲੈ ਕੇ ਗਏ। ਆਹ ਜਿਹੜੇ ਹੁਣ ਸਕੈਨਿੰਗ ਕੈਮਰੇ ਲੱਗੇ ਨਾ ਏਅਰਪੋਰਟਾਂ ਤੇ, ਇਹ ਗੁਰੂ ਕੇ ਸਿੱਖਾਂ ਦੀਆਂ ਅੱਖਾਂ ਵਿੱਚ ਇਹ ਕੈਮਰਿਆਂ ਦੇ ਲੈਂਜ ਸੀ, ਸਿੱਖਾਂ ਦੇ ਅੱਖਾਂ ਵਿੱਚ। ਉਹ ਗੁਰੂ ਕੇ ਪਿਆਰੇ ਜਦੋਂ ਦੋ ਸਿਪਾਹੀਆਂ ਨਾਲ ਗਏ ਬਹਾਦਰ ਬਾਬੇ ਬਿਧੀ ਚੰਦ ਨੇ, ਉਹ ਜਿਹੜਾ ਦਿਸ਼ਾਲੇ ਲਿਆਉਣ ਵਾਲਾ, ਜਿਹੜਾ ਘੋੜੇ ਲਿਆਉਣ ਵਾਲਾ ਗੁਰੂ ਕਾ ਪਿਆਰਾ, ਉਸ ਗੁਰੂ ਕੇ ਪਿਆਰੇ ਨੇ ਪਹਿਲਾਂ ਜਾ ਕੇ ਉਸੇ ਟਰੰਕ ਨੂੰ ਹੱਥ ਮਾਰਿਆ ਜਿਹਦੇ ਵਿੱਚ ਕੇਸਾਂ ਦਾ ਕੰਘਾ ਤੇ ਮਾਲਾ ਪਈ ਸੀ, ਸਾਰਾ ਕੁਝ ਲਿਆਂਦਾ ਤੇ ਸਾਹਮਣੇ ਕਰ ਦਿੱਤਾ। ਬਾਦਸ਼ਾਹ ਕੰਬਦਾ ਹੋਇਆ ਦੇਖ ਕੇ ਹੱਥ ਜੁੜ ਕੇ ਕਹਿਣ ਲੱਗਾ ਮਹਾਰਾਜ ਮੇਰੀਆਂ ਭੁੱਲਾਂ ਮਾਫ਼ ਕਰੋ, ਇਹ ਦੋਸ਼ੀ ਹੈ, ਇਹਨੂੰ ਤੁਹਾਡੇ ਹਵਾਲੇ ਕਰਦਾ, ਜੋ ਤੁਹਾਡਾ ਜੀ ਕਰਦਾ ਕਰ ਲਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਚੰਦੂ ਦੀ ਔਲਾਦ
ਉਹਦੇ ਵਿੱਚੋਂ ਬਣੇ ਹੋਏ ਪ੍ਰਚਾਰਕ ਮਸ਼ੀਨਰੀ ਦੇ ਵਿੱਚੋਂ ਸਿੱਖ ਕੇ ਕਈਆਂ ਵੀਰਾਂ ਦਾ ਬਹੁਤ ਜ਼ੋਰ ਲੱਗਾ, ਡਿਗਰੀਆਂ ਕੀਤੀਆਂ ਨੇ ਗੱਲਾਂ ਉੱਤੇ, ਅਤੇ ਇਹ ਪ੍ਰਚਾਰ ਕਰਦੇ ਨੇ ਜੀ ਚੰਦੂ ਦਾ ਕਸੂਰ ਕੋਈ ਨਹੀਂ ਸੀ, ਇਹ ਤਾਂ ਸਾਡੇ ਇਹ ਪ੍ਰਚਾਰਕਾਂ ਨੇ ਵਸਾਤਾ। ਉਹ ਸਿੱਖੋ ਚੰਦੂ ਦੀ ਹਵੇਲੀ, ਚੰਦੂ ਦਾ ਘਰ, ਚੰਦੂ ਕੋਲ ਖੜੋ ਕੇ ਸੀਸ ਉੱਤੇ ਰੇਤਾ ਪਾਵੇ, ਚੰਦੂ ਚਿੱਠੀ ਪਾਵੇ ਤੇ ਚੰਦੂ ਆਪ ਮੰਨੇ ਕਿ ਮੈਂ ਪੰਜਵੇਂ ਪਾਤਸ਼ਾਹ ਤੇ ਆਹ ਕੁਝ ਕੀਤਾ ਤੇ ਛੇਵੇਂ ਪਾਤਸ਼ਾਹ ਉਹਨੂੰ ਐਨ ਇਕਬਾਲ ਕਰਾ ਕੇ ਫੜਨ ਤੇ ਉਹਦੀ ਔਲਾਦ ਹੁਣ ਜੇ ਸਿੱਖੀ ਭੇਸ ਦੇ ਵਿੱਚ ਆਈ ਆ ਤੇ ਆਪਣੇ ਵੱਡਿਆਂ ਨੂੰ ਮਾਫ਼ ਕਰਾਉਣ ਵਾਸਤੇ ਜ਼ੋਰ ਲੱਗਾ ਹੋਇਆ ਹੈ ਉਹਨਾਂ ਦਾ। ਸਤਿਗੁਰੂ ਰਹਿਮਤ ਕਰੇ ਨਹੀਂ ਖਾਲਸਾ ਜੀ। ਤੇ ਜੇ ਆਪਾਂ ਉਹ ਕਈ ਗੱਲਾਂ ਆਪਾਂ ਮੰਨੀ ਜਾਂਦੇ ਉਹਨਾਂ ਦੀਆਂ, ਗੁੱਸਾ ਨਾ ਕਰਿਓ ਨੌਜਵਾਨ ਵੀਰ ਭੈਣਾਂ, ਕਈ ਆਪਾਂ ਉਹਨਾਂ ਦੀਆਂ ਗੱਲਾਂ ਮੰਨ ਕੇ ਦਸਮ ਦੀ ਬਾਣੀ ਤੋਂ ਮੁਨਕਰ ਹੋਏ ਆ ਸਿੱਖ, ਪਰ ਉਹ ਆਪਣਾ ਹੀ ਨੁਕਸਾਨ ਕਰਨਗੇ, ਕਿਸੇ ਦਾ ਕੋਈ ਨਹੀਂ। ਸੋ ਖਾਲਸਾ ਜੀ, ਜੇ ਆਪਾਂ ਇਹ ਗੱਲ ਉਹਨਾਂ ਦੀ ਮੰਨ ਲਈ ਤੇ ਆਪਾਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਸੂਰਵਾਰ ਉਹਨਾਂ ਨੇ ਕੱਲ ਨੂੰ ਕਹਿ ਦੇਣਾ, ਕਿਉਂਕਿ ਉਹਨਾਂ ਨੇ ਕਹਿਣਾ ਕਿ ਬੰਦਾ ਗਲਤ ਮਾਰਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਨ ਚੰਦੂ, ਜਿਸ ਵੇਲੇ ਜਹਾਂਗੀਰ ਨੇ ਆਖਿਆ ਜੀ ਮਹਾਰਾਜ ਤੁਹਾਡਾ ਦੋਸ਼ੀ, ਤੇ ਬਾਬੇ ਬਿਧੀ ਚੰਦ ਨੂੰ ਕੀਤਾ ਹੋਇਆ ਇਸ਼ਾਰਾ, ਉਹ ਚਿੱਠੀ ਗੁਰੂ ਕੇ ਪਿਆਰੇ ਨੇ ਪਾਈ ਆਪਣੇ ਖੀਸੇ ਵਿੱਚ, ਤੇ ਦੀਵਾਨ ਚੰਦੂ ਜਿਹਦੇ ਪੈਰਾਂ ਦੇ ਖੜਾਕ ਤੋਂ ਲੋਕ ਡਰਦੇ ਸਨ, ਬਹਾਦਰ ਬਾਬੇ ਬਿਧੀ ਚੰਦ ਨੇ ਇਹਨੂੰ ਕੁਰਤੇ ਤੋਂ ਫੜ ਕੇ ਇੱਥੋਂ ਨਾ ਝਜੋੜਾ ਮਾਰ ਕੇ ਤੇ ਆਪਣੇ ਸਿੱਖਾਂ ਦੇ ਵਿੱਚ ਕਰ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਓ, ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਖਿਆ ਬਾਦਸ਼ਾਹ ਦੋਸ਼ੀ ਤੂੰ ਵੀ ਪੂਰਾ ਹੈ, ਪਰ ਤੂੰ ਹੱਥੀ ਨਹੀਂ ਕੀਤਾ ਤੇ ਸਹੀ ਸਲਾਮਤ ਮੰਨ ਗਿਆ, ਤੈਨੂੰ ਐਸ ਜਹਾਨ ਵਿੱਚ ਮਾਫ਼। ਇਹ ਮੇਰੇ ਸਤਿਗੁਰੂ ਨਾ, ਕਿਉਂਕਿ ਕਈ ਵਾਰੀ ਕੋਈ ਦੋਸ਼ ਕੀਤਾ ਹੋਵੇ ਮੰਨ ਲਈਏ ਆਪਾਂ ਤਾਂ ਮਾਫ਼ ਕਰ ਦਿੰਦੀ, ਸਭਾ ਕਮੇਟੀ ਮਾਫ਼ ਕਰ ਦਿੰਦੀ ਹੈ, ਕਚਹਿਰੀ ਮਾਫ਼ ਕਰ ਦਿੰਦੀ ਹੈ, ਸਜ਼ਾ ਘੱਟ ਕਰ ਦਿੰਦੀ ਹੈ। ਕਹਿਣ ਲੱਗੇ ਤੂੰ ਦੋਸ਼ੀ ਹੈ ਪਰ ਮੰਨ ਗਿਆ ਕਰਕੇ ਇਹ ਜਹਾਨ ਵਿੱਚ ਮਾਫ਼, ਅਗਲੇ ਜਹਾਨ ਵਿੱਚ ਇਹ ਤੋਂ ਵੀ ਲੇਖਾ ਲਿਆ ਜਾਏਗਾ, ਪਰ ਜਿਸ ਨੇ ਹੱਥੀਂ ਕੀਤਾ ਇਹ ਤੋਂ ਇੱਥੇ ਹੀ ਲੇਖਾ ਲਿਆ ਜਾਏਗਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਨੇ ਉਹ ਬਚਨ ਜਿਹੜੇ ਪੌਣੇ 11 ਸਾਲ ਦੀ ਉਮਰ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਮੇਰੇ ਸਤਿਗੁਰਾਂ ਨੇ ਕਹਿ ਕਿ ਜਿੰਨਾ ਪਾਪੀਆਂ ਨੇ ਸਾਡੇ ਪਿਤਾ ਜੀ ਨੂੰ ਤੱਤੀ ਲੋਹ ਦੇ ਉੱਤੇ ਬਹਾਲ ਕੇ, ਤੱਤੀ ਰੇਤਾ ਸੀਸ ਵਿੱਚ ਪਾ ਕੇ ਦੇਗ ਵਿੱਚ ਬਾਲ ਕੇ ਸ਼ਹੀਦ ਕੀਤਾ, ਉਹਨਾਂ ਦੇ ਨੱਕ ਵਿੱਚ ਨਕੇਲ ਪਾ ਕੇ, ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ, ਕੁੱਤਿਆਂ ਵਿੱਚ ਬਹਾਲ ਕੇ ਤੇ ਬੋਟੀ ਬੋਟੀ ਤੇ ਉਹਦੇ ਕੋਲੋਂ ਟੁਕੜੇ ਟੁਕੜੇ ਮੰਗਵਾ ਕੇ ਨਾ ਉਸਨੂੰ ਮਾਰੀਏ, ਤੇ ਜਿੰਨੇ ਪਾਪ ਚੋਰ ਨੂੰ ਝੂਠ ਬੋਲਣ ਵਾਲੇ ਨੂੰ ਅਕਿਰਤ ਕਰਨ ਲੱਗਦੇ ਨੇ ਸਾਨੂੰ ਲੱਗਣ, ਜੇ ਅਸੀਂ ਆਪਣੇ ਪਿਤਾ ਦਾ ਨਾਮ ਬਦਲਾ ਲਈਏ। ਮੇਰੇ ਵਰਗੇ ਕਮਜ਼ੋਰ ਸਿੱਖਾਂ ਨੇ ਬਥੇਰਾ ਕਿਹਾ ਸੀ ਵੀ ਬੜੀ ਵੱਡੀ ਗੱਲ ਕਹਿਤੀ ਹੈ, ਪਰ ਮੇਰਾ ਸਤਿਗੁਰੂ ਜੋ ਕਹਿੰਦੇ ਨੇ ਉਹ ਸੱਚ ਹੁੰਦਾ ਹੈ, ਖਾਲਸਾ ਜੀ ਸੱਚ ਕਰਕੇ ਦਿਖਾ ਦਿੱਤਾ। ਸਤਿਗੁਰੂ ਕੇ ਪਿਆਰੇ ਬਹਾਦਰ ਬਾਬੇ ਬਿਧੀ ਚੰਦ ਨੇ ਇਹਦੇ ਨੱਕ ਵਿੱਚ ਵਰਸ਼ਾ ਮਾਰਿਆ, ਹੁਣ ਵਰਸ਼ੇ ਨਾ ਪਾ ਕੇ ਛੇਕ ਰੱਸੀ ਵਿੱਚ ਪਾ ਕੇ ਤੇ ਖਿੱਚ ਕੇ ਜਦੋਂ ਤੁਣਕਾ ਮਾਰਿਆ ਨਾ ਜਿੱਦਾਂ ਪਤੰਗ ਚੜਾਉਂਦੇ ਹੁੰਦੇ ਨਿਆਣੇ, ਬਸ ਇਹਦੇ ਨੱਕ ਵਿੱਚੋਂ ਖੂਨ ਨਿਕਲੇ, ਛਿੱਤਰਾਂ ਦਾ ਗਲ ਵਿੱਚ ਇਹਦੇ ਪਾਲਿਆ ਹਾਰ, ਤੇ ਬਾਬੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ, ਕਹਿਣ ਲੱਗੇ ਜਿਹੜਾ ਸਿੱਖ ਦੇ ਸਿਰ 'ਚ 5 ਛਿੱਤਰ ਮਾਰੇਗਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਤੇ ਫਿਰ ਮੇਰੇ ਵਰਗੇ ਪਹਿਲਾਂ ਤਾਂ ਨਹੀਂ ਆਪਾਂ ਕੁਛ ਕਦੇ ਹੁੰਦੇ, ਤੇ ਜਦੋਂ ਦੋਸ਼ੀ ਹੱਥ ਆ ਜਾਣੇ ਨੂੰ ਸਜ਼ਾ ਦੇਣ ਨੂੰ, ਫਿਰ ਅਸੀਂ ਬਹੁਤ ਤਕੜੇ ਹੁੰਦੇ ਹਾਂ। ਮੇਰੇ ਵਰਗੇ ਨੇ ਦੋ ਚੋਹ ਨੇ ਉੱਥੇ ਕਿਹਾ ਯਾਰ, ਕਹਿੰਦੇ ਬੜਾ ਪਾਪੀ ਤਗੜਾ ਹੈ ਤੇ ਛਿੱਤਰ 5 ਮਹਾਰਾਜ ਨੇ ਬੜੀ ਇਹਨੂੰ ਘੱਟ ਸਜ਼ਾ ਦਿੱਤੀ ਹੈ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਓਏ ਨਹੀਂ ਸਿੱਖੋ, ਮੇਰੇ ਸਤਿਗੁਰਾਂ ਨੇ ਬਹੁਤ ਸੋਚ ਕੇ ਇਹਨੂੰ ਸਜ਼ਾ ਦਿੱਤੀ ਹੈ। ਕਹਿੰਦੇ ਬਾਬਾ ਜੀ ਕਿਵੇਂ,
ਕਹਿੰਦੇ ਤੇ ਰੱਜ ਮੀਆਂ ਸਤਿਗੁਰੂ ਕਹਿੰਦੇ ਆਪਾਂ ਇਹਦੇ ਮਾਰਨ ਤੋਂ ਆਪਸ ਵਿੱਚ ਹੀ ਲੜੀ ਜਾਣਾ ਸੀ, ਉਹ ਪੰਜ ਮਾਰੋ ਤੇ ਫਿਰ ਲੈਣ ਵਿੱਚ ਲਾ ਕੇ ਤੇ ਗੇੜਾ ਕੱਢ ਕੇ ਤਾਂ ਮਾਰੀ ਚੱਲੋ ਆਪਾਂ ਲਾਹੌਰ ਤੱਕ ਇਹਦੇ ਮਾਰਨੀ ਆਏ ਨੇ। ਗੁਰੂ ਕੇ ਸਿੱਖਾਂ ਨੇ ਲੈਣ ਬਣ ਕੇ ਇੱਥੋਂ ਖਿੱਚ ਕੇ ਜਿਵੇਂ ਲਾਹੌਰ ਤੱਕ ਇਸ ਨੂੰ ਲਿਆਂਦਾ ਸੜੇ ਦਾ ਵਾਤਾਵਰਨ। ਹੇ ਐਵੇਂ ਬੇਨਤੀ ਕੀਤੀ ਜਾ ਰਹੀ ਹੈ ਜੀ, ਹੇ ਜੀ ਨੱਕ ਨਿਕੇ ਲਿਤ ਗਲ ਵਿੱਚ ਬਿਜਤੀ ਜਿੱਤੀ ਰੋਲੀ ਵਿੱਚ ਕੱਟੇ ਸਾਰੀ ਉਮਰ ਜਿਨ ਮਾੜਾ ਬੀਜਿਆ ਜਸ ਕਿਤਿਓਂ ਨਾ ਜੀ ਖੱਟੇ ਆਕੜ ਗਈ ਤੇ ਉੜ ਗਈ ਅੱਜ ਤਮਾਨ ਕਿਸਾਨਾ ਤਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ ਨੱਕ ਨਿਕੇ ਲਿਤ ਗਲ ਵਿੱਚ ਅਜਿਤ ਗਲ ਵਿੱਚ ਬਿਜਤੀ ਅਜਿਤ ਰੋਲੀ ਵਿੱਚ ਕੱਟੇ ਸਾਰੀ ਉਮਰ ਜਿਨ ਮਾੜਾ ਬੀਜਿਆ ਜਸ ਕਿਤੋਂ ਨਾ ਜੀ ਖੱਟੇ ਆਕੜ ਗਈ ਤੇ ਉੜ ਗਈ ਅੱਜ ਤਮਾਨ ਕਿਸੇ ਨਹੀਂ ਤਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ ਹਰ ਥਾਂ ਸ਼ਰੇ ਬਾਜ਼ਾਰਾਂ ਦੇ ਵਿੱਚ ਖੜਕੁਰਿਆ ਸੀ ਪੋਲ ਆਪ ਵਿੱਚ ਦੀ ਰੁੱਸੇ ਫਿਰਦੇ ਰਾਮ ਵਾਹੇ ਗੁਰੂ ਮੌਲਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ ਜਿਹੜਾ ਵੀ ਸਿੱਖ ਵੇਖੇ ਇਸ ਨੂੰ ਪੰਜ ਪੰਜ ਛਿੱਤਰ ਮਾਰੇ ਇਸ ਪਾਪੀ ਨੇ ਮਿੱਠਾ ਬਣ ਕੇ ਸਤਿਗੁਰ ਮਿੱਤਰ ਮਾਰੇ ਗੁਰਾਂ ਤੇ ਜ਼ੁਲਮ ਕਰੇਦਾ ਹੁਣ ਸੀ ਚੇਤਾ ਆਇਆ ਪੂਜੇ ਜਾਂ
ਜਿੰਨ ਸਾਰਾ ਹੀ ਸਿਰੋਂ ਉਤਾਰਿਆ ਮਰ ਗਿਆ ਚੰਡੂ ਮਾਰ ਦਾਰਿਆ ਧਰਤੀ ਉੱਤਰ ਗਿਰਦਾ ਗਲੀ ਗਲੀ ਹਰ ਮੋੜ ਮੋੜ ਦੇ ਆਗ ਮਰਾਉਂਦਾ ਫਿਰਦਾ ਹਾ ਹਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਨੇ ਇਹਨੂੰ ਜਿਉਂ ਦਿੱਲੀਓਂ ਖਿੱਚਿਆ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਤੇ ਪੜਾਅ ਕਰਨ ਅਤੇ ਇਹਨੂੰ ਜੁੱਤੀਆਂ ਵਿੱਚ ਕੁੱਤਿਆਂ ਵਿੱਚ ਬਹਾਲਣ ਅਤੇ ਜਿੱਦਾਂ ਕੁੱਤਿਆਂ ਨੂੰ ਬੁਰਕੀ ਪਾਉਂਦੇ ਨੇ ਉੱਦਾਂ ਹੀ ਇਹਨੂੰ ਬੁਰਕੀਆਂ ਪਾਈਆਂ ਅਤੇ ਬੰਨੇ ਹੋਏ ਇਹਦੇ ਹੱਥ ਅਤੇ ਇਹਨੇ ਜਿੱਦਾਂ ਕੁੱਤੇ ਰੋਟੀ ਖਾਂਦੇ ਸੀ ਥੱਲਿਓਂ ਜ਼ਮੀਨ ਤੋਂ ਇੱਦਾਂ ਚੰਦੂ ਨੇ ਖਾਧੀਆਂ। ਖਾਲਸਾ ਜੀ, ਗੁਰੂ ਦੇ ਨਿੰਦਕ ਦਾ ਗੁਰੂ ਦੇ ਕਾਤਲ ਦਾ ਇਹ ਹਾਲ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਕਰਦੇ ਨੇ ਕਿਹਦਾ, ਜਿਹੜਾ ਉਸ ਵੇਲੇ ਦਾ ਜਹਾਂਗੀਰ ਦਾ ਗ੍ਰਹਿ ਮੰਤਰੀ ਕਹਿ ਲਓ, ਹੋਮ ਮਿਨਿਸਟਰ ਸੀ ਉਹ ਖਾਲਸਾ ਜੀ, ਬੜੀ ਚੱਲਦੀ ਸੀ ਉਸਦੀ, ਪਰ ਸਮਾਂ ਬਦਲ ਜਾਂਦਾ ਤੇ ਅਸੀਂ ਹੋਮ ਮਿਨਿਸਟਰ ਵੀ ਨਹੀਂ ਤਾਂ ਵੀ ਅਸੀਂ ਇਸ ਦੁਨੀਆ ਦੇ ਸੱਚੇ ਪਾਤਸ਼ਾਹ ਦਾ ਵਿਰੋਧ ਕਰੀ ਜਾਂਦੇ, ਸਾਡਾ ਕੀ ਬਣੂਗਾ ਸੋਚ ਲੈਣ ਉਹ ਬੰਦੇ। ਸਤਿਗੁਰੂ ਸੱਚੇ ਪਾਤਸ਼ਾਹ ਰਹਿਣ ਤੋਂ ਕੱਲ ਇੱਕ ਕਵਿਤਾ ਮੈਂ ਦੋਵਾਂ ਕੁ ਮਿੰਟਾਂ ਵਿੱਚ ਕਹਿ ਕੇ ਸਮਾਪਤੀ ਕਰਾਂ, ਸਮਾਂ ਤਾਂ ਮੈਂ ਪੰਜ ਸੱਤ ਮਿੰਟ ਲੈ ਗਿਆ, ਪਰ ਭਾਈ ਦੂਰੋਂ ਆਏ ਹਾਂ ਇਸ ਕਰਕੇ ਲਾਲਚ ਹੀ ਆ ਸਾਨੂੰ ਵੀ। ਹਰ ਮਨੁੱਖ ਕਿਤੇ ਵੀ ਨੌਕਰੀ ਕਰੇ ਅਤੇ ਦੋ ਮਿੰਟ ਪਹਿਲਾਂ ਕਲੋਕ ਕੋਲ ਚੱਲ ਜਾਂਦਾ ਕਿਉਂਕਿ ਮੈਂ ਵੀ ਨੌਕਰੀ ਕਰਦਾ, ਆਪਾਂ ਵੀ ਚੱਲ ਜਾਈਦਾ, ਪਰ ਜਿਹੜਾ ਸਾਡਾ ਮਹਿਕਮਾ ਨਾ ਇਹ ਜਦੋਂ ਇਸ ਮਹਿਕਮੇ ਵਿੱਚ ਹੋਈਦਾ ਫਿਰ ਜਿੱਦਾਂ ਜਿੱਦਾਂ ਟਾਈਮ ਵੱਧਦਾ ਉੱਦਾਂ ਉੱਦਾਂ ਸਾਨੂੰ ਚਾਅ ਜਿਹਾ ਚੜ੍ਹਦਾ ਹੈ। ਇਸ ਵਾਸਤੇ ਸੰਗਤ ਅਤੇ ਪ੍ਰਬੰਧਕ ਅਤੇ ਗੁਰੂ ਘਰ ਦੇ ਵਜ਼ੀਰ, ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਅੰਮ੍ਰਿਤ ਵੇਲੇ ਉੱਠਣ ਦਾ ਫਿਰ ਟਾਈਮ ਹੋ ਜਾਣਾ, ਸੋ ਇਸ ਵਾਸਤੇ ਇਹਨਾਂ ਕੋਲੋਂ ਖਿਮਾ ਮੰਗ ਕੇ ਇੱਕ ਕਵਿਤਾ ਉਸੇ ਦਿੱਲੀ ਦੇ ਤਖ਼ਤ ਨੂੰ, ਜਿਸ ਦਿੱਲੀ ਦੇ ਤਖ਼ਤ ਨੇ ਪੰਜਵੇਂ ਪਾਤਸ਼ਾਹ 'ਤੇ ਜ਼ੁਲਮ ਕੀਤਾ ਸੀ ਅਤੇ ਉਸ ਜ਼ੁਲਮ ਦਾ ਉਹਨਾਂ ਨੂੰ ਅਵਜਾਨਾ ਦੇਣਾ ਪਿਆ। ਅੱਜ ਦਿੱਲੀ ਦੇ ਤਖ਼ਤ ਨੇ ਜਿਹੜਾ 84 ਤੋਂ ਲੈ ਕੇ ਅੱਜ ਤੱਕ ਫਿਰ ਜ਼ੁਲਮ ਕੀਤਾ ਹੈ ਅਤੇ ਇਹਦਾ ਧਰਤੀ ਮਾਤਾ ਗੁਰੂਆਂ ਅਤੇ ਪੀਰਾਂ ਦੇ ਚਰਨ ਛੋਹ ਪ੍ਰਾਪਤ ਜਿਹੜੀ ਪੰਜਾਬ ਦੀ ਧਰਤੀ ਹੈ, ਉਸ ਨੇ ਇੱਕ ਹਾਂ ਦਾ ਨਾਰਾ ਦਿੱਲੀ ਦੇ ਤਖ਼ਤ ਨੂੰ ਜੋ ਮਾਰਿਆ, ਜੋ ਇਹਨਾਂ ਨੇ ਖੂਨ ਪੀਤਾ ਨੌਜਵਾਨਾਂ ਦਾ, ਬੱਚੀਆਂ ਦੀ ਬੇਪਤੀ ਕੀਤੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਨ ਉੱਤੇ ਤੁਲੇ ਹੋਏ ਹਨ, ਗੁਰੂ ਘਰਾਂ ਦੀ ਬੇਅਦਬੀ, ਉਸ ਨੂੰ ਉਸ ਪੰਜਾਬ ਦੀ ਧਰਤੀ ਇੱਕ ਮਿਹਣਾ ਮਾਰਦੀ ਹੈ, ਉਹ ਕਵਿਤਾ ਕਹਿ ਕੇ ਖਿਮਨੇ ਜਾਂਚ ਖੋਵਾਂਗੇ। ਸੁਣੀਏ ਪਿਆਰ ਨਾਲ, ਮੇਰੀ ਹਿੱਕ ਤੇ ਦਿੱਲੀਏ ਨੇ ਨਹੀਂ ਤੂੰ ਹੋਰ ਮਾਰਨਾ ਲੋੜੇ ਤੋਂ ਬਾਅਦ ਸਮਾਪਤੀ ਹੈ ਜੀ। ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨੇ ਕਲੋਲਾ, ਹੱਥ ਧਰ ਕੇ ਕਾਲ ਜੇ ਤੇ ਮੈਂ ਤਾਂ ਦਿਲ ਦੇ ਭਰ ਕੇ ਫੁੱਲਾ, ਧਰਤੀ ਪੰਜਾਬ ਦੀ ਬੋਲਦੀ ਭਰ ਭਰ ਕੇ ਹੱਦ ਕੋਲੇ, ਮੇਰੀ ਹਿੱਲ ਤੇ ਹਿੱਲੀਏ ਨੀਂ ਤੂੰ ਹੋਰ ਮਾਰਨਾ ਲੋੜੇ, ਮੇਰੀ ਪੱਤ ਦੀ ਰਾਖੀ ਨੀ ਮੇਰੇ ਕੁੱਖ ਦੇ ਜਾਇਆ ਕੀਤੀ, ਅੱਜ ਕੱਢ ਕੇ ਮਤਲਬ ਨੂੰ ਨੀ ਤੂੰ ਤਾਰ ਗਈ ਬਾਦ ਨੀਤੀ, ਦਿਲ ਤੋਂ ਖੁਸ਼ੀਆਂ ਦੇ ਨੀ ਤੂੰ ਗਮੀਆਂ ਦੇ ਵਜੋੜੇ, ਮੇਰੀ ਹਿੱਕ ਤੇ ਦਿੱਲੀਏ ਨੀ ਤੂੰ ਹੋਰ ਮਾਰਨਾ ਲੋੜੇ, ਤੇਰੇ ਹਾਕਮ ਨੀ ਨੀ ਉਹ ਮਾਤ ਮੀਏ ਮਨੂ ਨੂੰ ਪਾਉਂਦੇ, ਕਰ ਫੈਰ ਤੇ ਦਿੱਲੀਏ ਨੀ
ਧਰਤੀ ਇਹੋ ਕੁਮਾਰ ਦੀ ਹੈ ਖਾਲਸਾ ਜੀ ਤੇ ਧਰਤੀ ਮਾਤਾ ਜਿਹੜੀ ਹੈ ਜਦੋਂ ਮਾਂ ਦੀ ਪੁਕਾਰ ਕੀਤੀ ਹੋਈ ਹੋਵੇ ਉਹ ਫਿਰ ਪਰਮੇਸ਼ਰ ਸੁਣਦਾ ਹੈ ਖਾਲਸਾ ਜੀ ਕਦੇ ਧਰਤੀ ਮਾਤਾ ਨੇ ਪੁਕਾਰ ਕੀਤੀ ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਸੰਸਾਰ ਦੇ ਉੱਤੇ ਨਿਰੰਕਾਰ ਦੀ ਜੋਤ ਆਏ ਤੇ ਉਹ ਪਾਪ ਮਿਟਾਉਣ ਵਾਸਤੇ 10 ਜਾਮੇ ਧਾਰ ਕੇ ਇਹ ਖਾਲਸਾ ਸਾਜਿਆ ਸੋ ਜਿਵੇਂ ਜਿਵੇਂ ਖਾਲਸੇ ਨੇ ਫਿਰ ਵਿਆਜ ਮੋੜਿਆ ਜੀ ਕੱਲ੍ਹ ਦੇ ਆਪਾਂ ਦੀਵਾਨ ਦੇ ਵਿੱਚ ਆਪਾਂ ਅੱਜ ਤੱਕ ਗੁਰ ਇਤਿਹਾਸ ਵਿਚਾਰਿਆ ਹੈ ਤੇ ਕੱਲ ਨੂੰ ਜਿਵੇਂ ਖਾਲਸੇ ਨੇ ਫਿਰ ਹੱਕ ਲਏ ਅੱਜ ਦੇ ਤੁਹਾਡੇ ਭੈਣਾਂ ਤੇ ਭਰਾਵਾਂ ਨੇ ਜਿਵੇਂ ਜਾਲਮਾਂ ਤੋਂ ਹੱਕ ਲਏ ਉਹ ਆਦੀ ਦੇ ਨਾਲ ਆਪਾਂ ਗਾਥਾ ਜਿਹੜੀ ਆਰੰਭ ਕਰਾਂਗੇ ਜੀ ਅੱਜ ਦੇ ਦੀਵਾਨ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਦੀਆਂ ਸਮੂਹ ਸੰਗਤਾਂ ਨੌਜਵਾਨ ਵੀਰ ਭੈਣਾਂ ਬਜ਼ੁਰਗ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ ਸਤਿਗੁਰਾਂ ਦਾ ਇਤਿਹਾਸ ਸਰਵਣ ਕੀਤਾ ਹੈ ਬੋਲਦਿਆਂ ਭਾਈ ਅਨੇਕਾਂ ਭੁੱਲੀਆਂ ਭੁੱਲਾਂ ਜਿਹੜੀਆਂ ਹਨ ਉਹ ਕਰ ਜਾਂਦੇ ਹਨ ਖਿਮਾ ਬਖਸ਼ਣੀ ਅਣਜਾਣ ਤੇ ਛੋਟੇ ਬੱਚੇ ਆਪਣੇ ਜਾਣ ਕੇ ਸੋ ਸਤਿਗੁਰੂ ਕੇ ਘਰ ਦੇ ਪ੍ਰਬੰਧਕਾਂ ਦਾ ਸਭਨਾਂ ਦਾ ਧੰਨਵਾਦ ਸੋ ਕੱਲ੍ਹ ਦਾ ਦੀਵਾਨ ਆਪ ਜੀ ਦੇ ਚਰਨਾਂ ਵਿੱਚ ਗੁਰੂ ਦੇ ਚਰਨਾਂ ਵਿੱਚ ਲਾਵਾਂਗੇ ਤੇ ਇਸ ਤੋਂ ਬਾਅਦ ਬੁੱਧਵਾਰ ਤੋਂ ਫਿਰ ਕਰੇਗੀ ਵਰਨ ਗੁਰੂ ਘਰ ਉੱਥੇ ਸ਼ਹੀਦੀ ਸਮਾਗਮ ਜਿਹੜਾ 5 ਦਿਨਾਂ ਦਾ ਸਮਾਗਮ ਹੋ ਰਿਹਾ ਹੈ ਉਹਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਨੇ ਹਨ ਤੇ ਅਗਲੇ ਐਤਵਾਰ ਸ਼ਾਮਾਂ ਨੂੰ ਫਿਰ ਤੁਹਾਡੇ ਇੱਥੇ ਗੁਰੂ ਕੀ ਸੰਗਤਾਂ ਦੇ ਪ੍ਰਚਾਰ ਨੂੰ ਬੇਜੋੜੇ ਝਾਣ ਦਾ ਸਮਾਂ ਪ੍ਰਬੰਧਕਾਂ ਨੇ ਬਖਸ਼ਿਆ ਹੈ ਸੋ ਉਹਨਾਂ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਹੋਇਆਂ ਆਖਰੀ ਦੀਵਾਨ ਆਪ ਜੀ ਦੇ ਦਰਸ਼ਨ ਕਰਕੇ ਤੇ ਵਡਭਾਗੀ ਹੋਵਾਂਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅੱਜ ਦੀ ਹਾਜ਼ਰੀ ਦਰ ਪ੍ਰਵਾਨ ਕਰਦਿਆਂ ਹੋਇਆਂ ਜਿੱਦਾਂ ਆਪਾਂ ਆਰੰਭਤਾ ਵਿੱਚ ਫਤਿਹ ਬੁਲਾਈ ਸੀ ਇਸੇ ਤਰ੍ਹਾਂ ਹੀ ਫਤਿਹ ਬੁਲਾ ਕੇ ਦਾਸ ਨੂੰ ਧੰਨਵਾਦੀ ਬਣਾਓ ਗੁਰੂ ਦੇ ਚਰਨਾਂ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣਿਆਈਆ ਸਭ ਦੂਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸੁਮਤ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸਦੀ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤੋ ਸਬਤ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਬੰਸ ਸਬਦ ਘਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਬਿਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਕਰ ਪੂਰੇ ਬਿਰਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈ ਅਭਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਖੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।